ਰੱਬ ਮੋਹਨ ਬਰਸਾਰੋ ਜੀ, ਮੈਂ ਜਨ ਤੇਰਾ, ਮੈਂ ਜਨ ਤੇਰਾ, ਮੋਹਨ ਬਰਸਾਰੋ ਜੀ, ਮੈਂ ਜਨ ਤੇਰਾ, ਮੈਂ ਜਨ ਤੇਰਾ, ਮੈਂ ਜਨ ਤੇਰਾ, ਮੈਂ ਜਨ ਤੇਰਾ, ਗੁਰੂ ਬਰਸਾਰੋ ਜੀ, ਮੈਂ ਜਨ ਤੇਰਾ, ਮੈਂ ਜਨ ਤੇਰਾ, ਸੋਚ ਦਿਨ ਰਾਤੀ, ਮੇਰਾ ਕਰਮ ਕੁਟਲ ਤਾ ਜਨਮ ਕੁਪਾਤੀ, ਰਾਮ ਗੁਸਈਆ ਜੀ ਕੇ ਜੀਵਨਾ, ਮੋਹਨ ਬਸਾਰੋ ਮੈਂ ਜਨ ਤੇਰਾ, ਮੇਰੀ ਹਰੋ ਬਿਪਤ ਜਨ ਕਰੋ ਸੁਬਾਈ, ਚਰਨ ਛੱਡੋ ਸਰੀਰ ਕਲ ਜਾਈ, ਕਹਿ ਰਵਦਾਸ ਪਰੋ ਤੇਰੀ ਸਾਂਭਾ, ਬੇਗ ਮੈਨੂੰ ਜਨ ਕਰਨਾ ਬਨਾਮਾ, ਰਾਮ ਬਸਾਰੋ ਜੀ, ਮੈਂ ਜਨ ਤੇਰਾ, ਮੈਂ ਜਨ ਤੇਰਾ,
ਮੈਂ ਜਨ ਤੇਰਾ, ਮੈਂ ਜਨ ਤੇਰਾ, ਮਨ ਬੰਦਾ ਰੋਸ਼ੀ, ਮੈਂ ਜਨ ਤੇਰਾ, ਮੈਂ ਜਨ ਤੇਰਾ, ਹੁੰਦੇ ਨੇ ਸੁਹਾਵੇ ਸੱਚੇ ਪਾਤਸ਼ਾਹ, ਜੋ ਸ਼ਰਨ ਤੇਰੀ ਆਉਣ ਚਾਲੀ ਕੇ, ਹੁੰਦੇ ਨੇ ਸੁਹਾਵੇ ਸੱਚੇ ਤੇਰੀ ਆਉਣ ਚਾਲੀ ਕੇ, ਤੇਰੀ ਆਉਣ ਜਾਂਦੀ ਕੇ, ਮੈਂ ਸੁਹਾਵੇ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ।
ਤੁਹਾਵੇ ਓ ਤੁਮ ਸੀਸ ਤੁਹਾਵਾ ਮੁਕਤ ਤੁਹਾਵਾ ਤੁਮ ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਬੈਠੀ ਗੁਰੂ ਰੂਪ ਗੁਰੂ ਸਾਰੀ ਸਤਸੰਗ ਜੀਓ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਿਆ ਕਰਨ ਵਾਸਤੇ ਮਾਈ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓ ਆਪੋ ਆਪਣੇ ਦੁਨਿਆਵੀ ਧੰਦੇ ਧੰਧਾਰਾਂ ਤੋਂ ਛੁਟਕਾਰਾ ਪਾ ਕਰਕੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੀਆਂ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਲਗਾ ਕੇ ਸਫਲਿਆ ਕਰਨ ਦੀ ਖਿੱਚ ਲਈ ਜਾਣੀ ਕਿਰਪਾਲਤਾ ਕਰ ਰੱਖਤਾ ਤੇ ਆਓ ਥੋੜ੍ਹਾ ਜਿਹਾ ਸਮਾਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਲਾਈਏ ਵਿਚਾਰ ਕਰੀਏ ਅਸੀਂ ਤੁਸੀਂ ਦੁਨੀਆਂ ਤੇ ਸੰਸਾਰ ਤੇ ਕੀ ਕਰਨ ਵਾਸਤੇ ਆਏ ਹਾਂ ਕਰ ਕੀ ਰਹੇ ਹਾਂ ਸਾਨੂੰ ਕਰਨਾ ਕੀ ਚਾਹੀਦਾ ਹੈ ਸਤਸੰਗ ਸਾਡੀ ਜ਼ਿੰਦਗੀ ਦਾ ਮੁੱਖ ਪ੍ਰਯੋਜਨ ਹੈ ਜੋ ਮੁੱਦਾ ਹੈ ਕਹਿ ਲਓ ਏਮ ਆਫ ਲਾਈਫ ਕਹਿ ਲਓ ਜੋ ਉਦੇਸ਼ ਹੈ ਸਿਰਫ ਤੇ ਸਿਰਫ ਪਰਮੇਸ਼ਰ ਦਾ ਨਾਮ ਹੈ ਅਸੀਂ ਇੱਥੇ ਰਹਿਣ ਵਾਸਤੇ ਨਹੀਂ ਆਏ ਅਸੀਂ ਇੱਥੇ ਬਹਿਣ ਵਾਸਤੇ ਨਹੀਂ ਆਏ ਅਸੀਂ ਇੱਥੋਂ ਚਲਿਆ ਜਾਣਾ ਹੈ ਗੁਰੂ ਕੀ ਸੰਗਤ ਦੁਨੀਆਂ ਚੰਦ ਰੋਜ਼ ਦਾ ਮੇਲਾ ਹੈ ਇੱਥੇ ਬੜੇ ਬੜੇ ਰਾਜੇ ਰਾਣੇ ਤਖਤਾਂ ਤਾਜਾਂ ਦੇ ਮਾਲਕ ਫੌਜਾਂ ਦੇ ਜਰਨੈਲ ਰਿਸ਼ੀ ਮੁਨੀ ਪੀਰ ਪੈਗੰਬਰ ਸੇਖ ਮਸਾਇਕ ਅਵਤਾਰ ਇੱਥੋਂ ਤੱਕ ਕਿ ਉਹ ਵੀ ਇੱਕ ਦਿਨ ਇਸ ਦੁਨੀਆਂ ਤੇ ਆਏ ਤੇ ਇੱਕ ਦਿਨ ਇਸ ਦੁਨੀਆਂ ਤੋਂ ਚਲੇ ਗਏ ਗੁਰੂ ਕੀ ਸੰਗਤ ਜੋ ਇਸ ਧਰਤੀ ਨੂੰ ਕਾਲੇ ਦੀ ਤਰ੍ਹਾਂ ਲਪੇਟਣ ਨੂੰ ਸਮਰੱਥ ਸਨ ਜੋ ਵੀ ਆਇਆ ਉਹ ਇੱਥੋਂ ਜਾਣ ਵਾਸਤੇ ਆਇਆ ਸਾਡੀ ਜ਼ਿੰਦਗੀ ਦਾ ਮੁੱਖ ਪ੍ਰਯੋਜਨ ਜਿਹੜਾ ਵਹਿਰੂ ਦਾ ਭਜਨ ਹੈ ਉਹ ਕੀਤਾ ਜਾਣਾ ਇਸ ਮਨੁੱਖਾ ਜਨਮ 'ਚ ਆ ਕੇ ਗੁਰੂ ਕੀ ਸੰਗਤ ਜੋਨੀਆਂ ਭਾਵੇਂ 184 ਲੱਖ ਹੋਰ ਵੀ ਨੇ ਉਹਨਾਂ ਜੋਨੀਆਂ ਵਿੱਚ ਵਹਿਰੂ ਦਾ ਨਾਮ ਨਹੀਂ ਜਪਿਆ ਜਾਣਾ ਮਿਸਾਲ ਦੇ ਤੌਰ ਤੇ ਕੁੱਤਾ ਕੀ ਨਾਮ ਜਪ ਲੇਗਾ ਘੋੜਾ ਕੀ ਨਾਮ ਜਪ ਲੇਗਾ ਗਧਾ ਕੀ ਸਿਮਰਨ ਕਰ ਲੇਗਾ ਗੁਰੂ ਕੀ ਸੰਗਤ ਮਾਫ ਕਰਨਾ ਸ਼ੇਰ ਕੀ ਭਜਨ ਕਰ ਲੇਗਾ ਰਿਛ ਕੀ ਨਾਮ ਜਪ ਲੇਗਾ ਉਹਨਾਂ ਜੋਨੀਆਂ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਣਾ ਗੁਰੂ ਕੀ ਸੰਗਤ ਜੋਨੀ ਉਹ ਜੋਨੀਆਂ ਉਹਨਾਂ ਨੂੰ ਪ੍ਰਾਪਤ ਹਨ ਜਿਹਨਾਂ ਨੇ ਮਨੁੱਖਾ ਜਨਮ ਪ੍ਰਾਪਤ ਕਰਕੇ ਵਹਿਰੂ ਦਾ ਨਾਮ ਨਹੀਂ ਜਪਿਆ ਮਹਾਰਾਜ ਕਹਿੰਦੇ ਨੇ ਜਿਹਨਾਂ ਨੇ ਨਾਮ ਨਹੀਂ ਜਪਿਆ ਉਹ ਜੋਨੀਆਂ ਉਹਨਾਂ ਨੂੰ ਪ੍ਰਾਪਤ ਨੇ ਅੱਗੋਂ ਵੀ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਨੂੰ ਇਹੋ ਜਿਹੀਆਂ ਤਰਕਾਰ ਯੋਗ ਜੋਨੀਆਂ ਦੇ ਵਿੱਚ ਪੈਣਾ ਪਵੇਗਾ ਗੁਰਮੰਤਹੀਨ ਸਜੋ ਪ੍ਰਾਣੀ ਤਰਗੰਤ ਜਨਮ ਪ੍ਰਿਸ਼ਟਣ ਹੈ ਕੂਕਰੈ ਸੂਕਰੈ ਗਰਤ ਪੈ ਸਰਪਣ ਹੈ ਕਾਥਨ ਹੈ ਤੁਲਕਨ ਹੈ ਜਿਹੜੇ ਨਿਗੁਰੇ ਪੁਰਸ਼ਨ ਉਹਨਾਂ ਨੂੰ ਸੱਸ ਨੂੰ ਸੂਰਾਂ ਕੁੱਤਿਆਂ ਬਿੱਲਿਆਂ ਗਧਿਆਂ ਵਰਗੀਆਂ ਜੋਨੀਆਂ ਗੁਰੂ ਸਾਹਿਬ ਦੱਸਦੇ ਨੇ ਇਹੋ ਜਿਹੀਆਂ ਧਾਰਨ ਕਰਨੀਆਂ ਪੈਣਗੀਆਂ ਐਂ ਕਹਿ ਲਓ ਇੱਕ ਸਾਨੂੰ ਮਨੁੱਖਾ ਜਨਮ ਵਿੱਚ ਆਇਆਂ ਨੂੰ ਛੱਡ ਕੇ ਇਹ ਜਿੰਨੀਆਂ ਵੀ ਜੋਨੀਆਂ ਨੇ ਅੱਜ ਸਾਨੂੰ ਆ ਰਹੀਆਂ ਨੇ ਉਹੀ ਹਨ ਜਿਹਨਾਂ ਨੇ ਮਨੁੱਖਾ ਜਨਮ ਪ੍ਰਾਪਤ ਕਰਕੇ ਵਹਿਰੂ ਦਾ ਨਾਮ ਨਹੀਂ ਜਪਿਆ ਗੁਰੂ ਕੀ ਸੰਗਤ ਇਹ ਇੱਕ ਸੁਨਹਿਰੀ ਮੌਕਾ ਹੈ ਸਰੀਰੀ ਜ਼ਿੰਦਗੀ ਹੈ ਉਹ ਗੁਰੂ ਕੀ ਸੰਗਤ ਕੱਚੇ ਦੁੱਧ ਦੀ ਤਰ੍ਹਾਂ ਹੈ ਦੁੱਧ ਆਪਣੇ ਆਪ ਵਿੱਚ ਕੁਝ ਨਹੀਂ ਬਣਦਾ ਦੁੱਧ ਤੋਂ ਬਣਾਉਣਾ ਪੈਂਦਾ ਹੈ ਇਹ ਸਾਡੀ ਮਰਜ਼ੀ ਹੈ ਇਹ ਸਾਡੇ 'ਤੇ ਡਿਪੈਂਡ ਕਰਦਾ ਹੈ ਸਤਸੰਗ ਜੀ ਅਸੀਂ ਦੁੱਧ ਨੂੰ ਜਾਗ ਲਾ ਕੇ ਗਰਮ ਕਰਕੇ ਭਾਵੇਂ ਦਹੀਂ ਬਣਾ ਲਈ ਦਹੀਂ ਨੂੰ ਰਿੜਕ ਕੇ ਮੱਖਣ ਬਣਾ ਲਓ ਮੱਖਣ ਨੂੰ ਸਤਸੰਗ ਗਰਮ ਕਰਕੇ ਭਾਵੇਂ ਉਸ ਤੋਂ ਘਿਓ ਬਣਾ ਲਓ ਦੁੱਧ ਤੋਂ ਭਾਵੇਂ 36 ਕਿਸਮ ਦੀਆਂ ਮਠਿਆਈਆਂ ਬਣਾ ਲਓ ਗੁਰੂ ਕੀ ਸੰਗਤ ਮਾਫ਼ ਕਰਨਾ ਗੁਰੂ ਕੀ ਸੰਗਤ ਦਸ ਅਰਜ ਕਰਿਆ ਸੀ ਸਤਸੰਗ ਜੀ ਇਹ ਸਾਡੇ 'ਤੇ ਡਿਪੈਂਡ ਕਰਦਾ ਸੰਗਤ ਕੋਈ ਬਹੁਤ ਵੱਡੇ ਮੇਲੇ ਜਾਂ ਇਕੱਠ ਵੱਟ ਦਾ ਨਾਮ ਨਹੀਂ ਹੈ ਸਤਸੰਗ ਜੀ
ਸੰਗਤ ਤਾਂ ਗੁਰੂ ਕਿਸਨ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਵਹਿਰੂ ਦੇ ਨਾਮ ਦੀ ਗੱਲ ਹੁੰਦੀ ਉਹਦਾ ਨਾਮ ਸਤਸੰਗਤ ਹੈ। ਮਾਫ ਕਰਾਂ, ਸੰਗਤ ਸੰਗਤਾਂ ਬੜੀਆਂ, ਚੋਰਾਂ ਦੀਆਂ ਸੰਗਤਾਂ, ਠੱਗਾਂ ਦੀਆਂ ਸੰਗਤਾਂ, ਜੂਏਬਾਜ਼ਾਂ ਦੀਆਂ ਸੰਗਤਾਂ, ਸ਼ਰਾਬੀਆਂ ਦੀਆਂ ਸੰਗਤਾਂ, ਜਿਹਦੀ ਸੰਗਤ ਕਰੋਗੇ ਉਹਦਾ ਰੂਪ ਹੋ ਜਾਓਗੇ। ਚੋਰਾਂ ਦੀ ਸੰਗਤ ਚੋਰ, ਠੱਗਾਂ ਦੀ ਸੰਗਤ ਠੱਗ, ਜੂਏਬਾਜ਼ਾਂ ਦੀ ਸੰਗਤ ਜੂਏਬਾਜ਼, ਸ਼ਰਾਬੀਆਂ ਦੀ ਸੰਗਤ ਸ਼ਰਾਬੀ ਬਣਾ ਕੇ ਰੱਖ ਦੇਵੇਗੀ ਗੁਰੂ ਕੀ ਸੰਗਤ। ਪਰ ਗੁਰੂ ਦੀ ਜਿਹੜੀ ਸੰਗਤ ਹੈ ਸਤ, ਉਹਨੂੰ ਕਹਿੰਦੇ ਨੇ ਜਿਹਨੇ ਸਦਾ ਰਹਿਣਾ ਹੈ। ਇਹ ਸਾਡਾ ਜਿਹੜਾ ਸਰੀਰ ਹੈ ਇਹ ਜਨਮ ਤੋਂ ਪਹਿਲਾਂ ਵੀ ਸਾਡੇ ਕੋਲ ਨਹੀਂ ਸੀ, ਹੁਣ ਵੀ ਨਹੀਂ, ਥੋੜ੍ਹੇ ਸਮੇਂ ਵਾਸਤੇ ਜਾਂ ਕੁਛ ਸਮੇਂ ਬਾਅਦ ਇਹ ਸਾਡੇ ਕੋਲ ਨਹੀਂ ਰਹਿਣਾ, ਇਹ ਚਲਿਆ ਜਾਣਾ ਹੈ। ਯਾਨੀ ਜੋ ਇਹਨਾਂ ਅੱਖਾਂ ਨੂੰ ਨਜ਼ਰ ਆਉਂਦਾ ਇਹ ਸਭ ਅਸਤ ਹੈ, ਇਹ ਨਾਸ਼ਵੰਤ ਹੈ, ਇਹ ਰਹਿਣਾ ਨਹੀਂ। ਜੋ ਦਿਸੈ ਸੋ ਸਗਲ ਬੇਨਸ ਹੈ, ਜੋ ਦਿਸਦਾ ਇਹਨਾਂ ਅੱਖਾਂ ਨੂੰ ਇਹ ਪਿੰਡ ਜਾਣ ਵਾਲਾ, ਇਹ ਰਹਿਣ ਵਾਲਾ ਨਹੀਂ। ਵਹਿਰੂ ਪਰਿਪੂਰਨ ਹੈ ਜਿਹੜਾ, ਉਹਨੇ ਹਮੇਸ਼ਾ ਰਹਿਣਾ ਹੈ, ਇਸ ਕਰਕੇ ਉਹ ਸਤ ਹੈ। ਤਦੇ ਗੁਰੂ ਜੀ ਕਹਿੰਦੇ ਹਨ ਜਪੀ ਸਾਹਿਬ ਦੇ ਸ਼ੁਰੂ ਵਿੱਚ, ਆਲ ਸੱਚ ਜੁਗਾਲ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋ ਗੁਰੂ ਕਿਸਨ ਦਾਸ ਅਰਜ ਕਰ ਰਿਹਾ ਸੀ, ਮਾਫ ਕਰਨ, ਜਿਹਦੀ ਸੰਗਤ ਕਰੋਗੇ ਉਹਦਾ ਰੂਪ ਹੋ ਜਾਓਗੇ। ਐਵੇਂ ਨਹੀਂ, ਅੰਮ੍ਰਿਤ ਛਕਾਉਣ ਸਮੇਂ ਕਲਗੀਧਰ ਜੀ ਨੇ ਬਚਨ ਕੀਤੇ, ਦਸ਼ਮੇਸ਼ ਜੀ ਨੇ ਬਚਨ ਕੀਤੇ, ਦਇਆ ਸਿੰਘ ਜੀ ਅੰਮ੍ਰਿਤ ਛਕ ਕੇ ਤੁਸੀਂ ਮੇਰੇ ਸਿੰਘ ਤਾਂ ਸੱਜ ਗਏ, ਪਰ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਤੱਤ ਨੂੰ ਕਰਨਾ, ਇਸ਼ਨਾਨ ਕਰਕੇ ਤੁਸੀਂ ਨਿੱਤ ਰੋਜ਼ ਦਾ ਨਿਤਨਮ ਕਰਿਆ ਕਰੋਗੇ। ਨਿੱਤ ਰੋਜ਼ ਦਾ ਨਿਤਨਮ ਕਰਨ ਤੋਂ ਬਾਅਦ ਦਇਆ ਸਿੰਘ ਜੀ ਜਦੋਂ ਤੁਸੀਂ ਨਾ ਸ਼ੀਸ਼ੇ 'ਚ ਆਪਣਾ ਮੂੰਹ ਵੇਖਿਆ ਕਰੋਗੇ, ਜਿਵੇਂ ਦੁੱਧ ਦੇ ਉੱਤੇ ਮਲਾਈ ਆ ਜਾਂਦੀ ਹੈ, ਇਵੇਂ ਤੁਹਾਨੂੰ ਤੁਹਾਡੇ ਆਪਣੇ ਸਰੂਪ ਤੋਂ ਮੇਰੇ ਸਰੂਪ ਦੇ ਦਰਸ਼ਨ ਹੋਇਆ ਕਰਨਗੇ। ਐਵੇਂ ਸੀ ਕਿਹਾ, ਖਾਲਸੋ ਹੂੰ ਮੇਰਾ ਰੂਪ ਖਾਸ, ਖਾਲਸੋ ਹੂੰ ਮੈਂ ਘਰੋਂ ਨਿਵਾਸ। ਸਰਸ ਭਗਤੀ ਦੋ ਤੋਂ ਸ਼ੁਰੂ ਹੁੰਦੀ, ਭਗਤ ਭਗਵਾਨ ਤੋਂ, ਸਾਧ ਸੰਗਤ ਜੀ ਭਗਤ ਭਗਵਾਨ ਤੋਂ, ਮਰੀਦ ਮੁਰਸ਼ਦ ਤੋਂ। ਅਸੀਂ ਸਿੱਖ ਕਹਿ ਦਿੰਦੇ ਹਾਂ, ਇਸਲਾਮੀ ਮਤ ਦੇ ਭਰਾ ਨੇ ਜਿਹੜੇ ਉਹ ਮਰੀਦ ਕਹਿ ਦਿੰਦੇ ਨੇ, ਅਸੀਂ ਗੁਰੂ ਕਹਿ ਦਿੰਦੇ ਹਾਂ, ਉਹ ਮੁਰਸ਼ਦ ਕਹਿ ਦਿੰਦੇ ਨੇ। ਸਾਧ ਸੰਗਤ ਭਗਤੀ ਦੋ ਤੋਂ ਸ਼ੁਰੂ ਹੁੰਦੀ, ਭਗਤ ਭਗਵਾਨ ਤੋਂ, ਮਰੀਦ ਮੁਰਸ਼ਦ ਤੋਂ, ਸਿੱਖ ਗੁਰੂ ਤੋਂ। ਭਗਤੀ ਕਰਦੇ ਕਰਦੇ ਭਗਤ ਨੇ ਭਗਵਾਨ ਦਾ, ਮਰੀਦ ਨੇ ਮੁਰਸ਼ਦ ਦਾ, ਸਿੱਖ ਨੇ ਗੁਰੂ ਦਾ ਰੂਪ ਹੋ ਜਾਣਾ ਹੈ। ਪਾਣੀ ਦੀ ਜਿਹੜੀ ਬੂੰਦ ਹੈ ਉਹ ਸਮੁੰਦਰ ਤੋਂ ਜੁਦਾ ਹੋਈ, ਇਹਨੇ ਸਾਧ ਸੰਗਤ ਜੀ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਰੂਪ ਹੋਣਾ, ਸਿੱਖ ਹੈ ਜਿਹੜਾ ਉਹ ਗੁਰੂ ਤੋਂ ਵਿਛੜਿਆ। ਰੋਜ਼ ਪੜ੍ਹਦੇ ਨੇ, ਕਿਰਤ ਕਰਮ ਮਾਫ ਕਰਨਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ, ਰਾਮ ਚਾਰ ਕੁੰਡ ਦੈ ਤਿਸ ਭਰਮੇ ਥਕ ਆਏ ਪ੍ਰਭ ਕੀ ਸਾਮ ਗੁਰੂ ਕੀ ਸੰਗਤ। ਮਾਫ ਕਰਨਾ, ਸਿੱਖ ਨੇ ਗੁਰੂ ਦੇ ਵਿੱਚ ਮਿਲ ਕੇ ਗੁਰੂ ਦਾ ਰੂਪ ਹੋ ਜਾਣਾ ਹੈ। ਗੁਰੂ ਕੀ ਸੰਗਤ ਜਿਵੇਂ ਚਿੱਠੀ ਨੂੰ, ਕਈ ਕਹਿੰਦੇ ਨਾਮ ਕਿਉਂ ਜਪਣਾ, ਸਾਧਸੰਗ ਜਿਵੇਂ ਚਿੱਠੀ ਨੂੰ, ਚਿੱਠੀ ਦੇ ਮਾਲਕ ਤੱਕ ਪਹੁੰਚਾਉਣ ਵਾਲਾ ਚਿੱਠੀ ਦਾ ਐਡਰੈਸ ਹੈ। ਮਾਫ ਕਰਨਾ, ਜਿਸ ਚਿੱਠੀ ਦੇ ਐਡਰੈਸ ਨਾ ਹੋਵੇ, ਸਰਨਾਵਾਂ ਨਾ ਹੋਵੇ, ਉਹ ਚਿੱਠੀ ਕਦੇ ਵੀ ਚਿੱਠੀ ਦੇ ਮਾਲਕ ਤੱਕ ਨਹੀਂ ਪਹੁੰਚ ਸਕਿਆ ਕਰਦੀ। ਜਿਵੇਂ ਚਿੱਠੀ ਨੂੰ ਚਿੱਠੀ ਦੇ ਮਾਲਕ ਤੱਕ ਪਹੁੰਚਾਉਣ ਵਾਲਾ ਚਿੱਠੀ ਦਾ ਐਡਰੈਸ ਹੈ, ਉਹਦਾ ਸਰਨਾਵਾ, ਇਵੇਂ ਜੀਵ ਨੂੰ, ਸਿੱਖ ਨੂੰ ਵਹਿਗੁਰੂ ਤੱਕ ਪਹੁੰਚਾਉਣ ਵਾਲਾ ਵਹਿਗੁਰੂ ਦਾ ਨਾਮ ਹੈ। ਇਹ ਜਿਤਨੇ ਵੀ ਸੰਤ ਭਗਤ ਨੇ, ਮਾਫ ਕਰਨਾ, ਇਹਨਾਂ ਸਾਰਿਆਂ ਨੂੰ ਜਿਹੜੀ ਵਹਿਗੁਰੂ ਦੀ ਪ੍ਰਾਪਤੀ ਹੋਈ ਹੈ, ਉਹ ਵਹਿਗੁਰੂ ਦਾ ਨਾਮ ਜਪ ਕੇ ਹੀ ਪ੍ਰਾਪਤੀ ਹੋਈ ਹੈ। ਸੋ ਸਾਧ ਸੰਗਤ ਜੀ, ਨਾਮ ਵਿੱਚ ਬੜੀਆਂ ਬੜੀਆਂ ਬਰਕਤਾਂ, ਬੜੀ ਬੜੀ ਸ਼ਕਤੀਆਂ ਹਨ। ਗੁਰੂ ਕਿਸਨ ਨਾਮ ਕੋਈ ਦਿਖਾਵਾ ਨਹੀਂ ਹੈ। ਮਾਫ ਕਰਨਾ, ਗੁਰਬਾਣੀ ਦੱਸਦੀ, ਜਿਸ ਕੇ ਅੰਤਰ ਵਸੇ ਨਿਰੰਕਾਰ, ਜਿਸ ਕੀ ਸੀਰ ਤਰੇ ਸੰਸਾਰ। ਬ੍ਰਹਮ ਗਿਆਨੀ ਸੰਤ ਬਾਬਾ ਨੰਦ ਸਿੰਘ ਜੀ ਨਾਮ ਸਰ ਵਾਲੇ। ਮਾਫ ਕਰਨਾ, ਕਈ ਵਾਰੀ ਅਸੀਂ ਸੋਚਦੇ ਹਾਂ ਕੋਈ ਵੀ ਨਾਮ ਇਹਦੇ 'ਚ ਕਿਹੜੀ ਗੱਲ ਹੈ, ਕਹੋ ਨੂੰ ਆਪਾਂ ਕੋਈ ਗੁਰੂ ਕੀ ਸੰਗਤ ਕਿਸੇ ਨੂੰ ਸੁਣਾਉਣ ਵਾਸਤੇ ਥੋੜਾ ਕੀਰਤਨ ਕਰਨਾ ਜਾਂ ਕਥਾ ਕਿਸੇ ਨੂੰ ਸੁਣਾਉਣ ਵਾਸਤੇ ਥੋੜੀ ਕਰਨੀ ਹੈ। ਇਹੀ ਤਾਂ ਫਰਕ ਹੈ ਮਹਾਂਪੁਰਖਾਂ ਤੇ ਆਮ ਬੰਦਿਆਂ ਦੇ ਵਿੱਚ। ਮਾਫ ਕਰਨਾ, ਜਿਹੜੇ ਮਹਾਤਮਾ ਹਨ, ਵਹਿਰੂ ਦੇ ਪਿਆਰੇ ਹਨ, ਗੁਰੂ ਕੀ ਸੰਗਤ, ਉਹ ਦੇਖੋ ਪਿਆਰ ਦੀ ਹੱਦ ਹੈ ਗੁਰੂ ਕੀ ਸੰਗਤ। ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਜੀ ਕਹਿੰਦੇ ਨੇ, ਹੇ ਵਹਿਰੂ ਇੱਕ ਦੂਜੀ ਬੋ। ਵੈਸੇ ਇੱਕ ਜਵਾਨ ਦੋ ਨਹੀਂ ਹੁੰਦੀਆਂ ਕਿਸੇ ਦੀਆਂ,
ਮਹਾਰਾਜ ਕਹਿੰਦੇ ਇੱਕ ਜਵਾਨ ਤੋਂ ਮੇਰੀਆਂ ਦੋ ਜਵਾਨਾਂ ਹੋ ਜਾਣ, ਹੈ ਵੀ ਹਰਤ ਸਾਹਿਬ ਸਿੰਘ ਜੀ ਮਾਫ ਕਰਨ ਗੁਰੂ ਕੀ ਸੰਗਤ, ਇੱਕ ਦੂ ਜੀਬੋ ਲੱਖ ਹੋਏ, ਦੋ ਜਵਾਨਾਂ ਤੋਂ ਲੱਖ ਹੋ ਜਾਣ, ਕਿੱਡੀ ਵੱਡੀ ਗੱਲ ਹੈ ਮਾਫ ਕਰਨਾ, ਹੈ ਕੋਈ ਪ੍ਰੇਮ ਦੀ ਹੱਦ, ਇੱਕ ਦੂ ਜੀਬੋ, ਇੱਕ ਦੂ ਜੀਬੋ, ਇੱਕ ਜਵਾਨ ਤੋਂ ਮੇਰੀਆਂ ਦੋ ਹੋ ਜਾਣ, ਇੱਕ ਤੂੰ ਜੀਬੋ ਦੋ, ਤੋਂ ਕਹਿੰਦੇ ਲੱਖ ਹੋਏ, ਲੱਖ ਹੋ ਜਾਣ, ਫਿਰ ਲੱਖ ਹੋਵੇ, ਕਿਆ ਬਾਤ, ਲੱਖ ਹੋਵੇ, ਲੱਖ ਤੋਂ ਲੱਖ ਹੋਵੇ, ਲੱਖ ਬੀਸ, ਹੈਂ ਲੱਖ ਤੋਂ ਵੀਹ ਲੱਖ ਮੇਰੀਆਂ ਜਵਾਨਾਂ ਹੋ ਜਾਣ, ਮਾਫ ਕਰਨਾ ਉਹਨੂੰ, ਅਸੀਂ ਤਾਂ ਇੱਕ ਜਵਾਨ ਦਾ ਨਾਮ ਨਹੀਂ ਜਪਦੇ, ਕਹਿੰਦੇ ਵਾਹਿਗੁਰੂ, ਅਸੀਂ ਇੱਕ ਜਵਾਨ ਦਾ ਨਾਮ ਨਹੀਂ ਜਪਦੇ, ਮਹਾਰਾਜ ਲੱਖ ਤੋਂ ਵੀਹ ਲੱਖ ਮੇਰੀਆਂ ਜਵਾਨਾਂ ਹੋ ਜਾਣ, ਮਾਫ ਕਰਨਾ, ਇੱਕ ਤੂੰ ਜੀਬੋ, ਲੱਖ ਹੋਏ, ਲੱਖ ਹੋਵੇ, ਲੱਖ ਬੀਸ, ਕਹਿੰਦੇ ਨੇ ਲੱਖ ਲੱਖ ਗੇੜਾ ਰੱਖੀਏ, ਮਤਲਬ ਵੀਹ ਲੱਖ ਜਵਾਨਾਂ ਹੋ ਜਾਣ, ਤੇ ਇੱਕ ਇੱਕ ਜਵਾਨ ਦਾ ਗੇੜਾ ਕਹਿੰਦੇ ਚੱਕਰ, ਇੱਕ ਇੱਕ ਜਵਾਨ ਦੇ ਨਾਲ ਮੈਂ ਲੱਖ ਲੱਖ ਵਾਰੀ ਤੇਰਾ ਨਾਮ ਜਪਾਂ, ਲੱਖ ਲੱਖ ਗੇੜਾ ਆਖੀਏ, ਏਕ ਨਾਮ ਜਗਦੀਸ਼, ਮਾਫ਼ ਕਰਨਾ, ਪਰ ਫਿਰ ਵੀ ਗੁਰੂ ਸਾਹਿਬ ਕਹਿੰਦੇ ਨੇ ਇਹ ਤਰਾਹੇ ਪਤ ਪਵੜੀਆਂ ਚਿੜੀਆਂ ਹੋਏ ਆਕੀਸ, ਇਸ ਤਰੀਕੇ ਨਾਲ ਚੱਲਦੇ ਚੱਲਦੇ, ਪਰ ਕਹਿੰਦੇ ਨੇ ਮੇਰੀ ਹਾਲਤ ਨਾ ਫਿਰ ਵੀ ਮਾਫ਼ ਕਰਨਾ, ਚੜੀਆ ਹੋਇਆ ਕੀਸ, ਸੁਣ ਕੱਲਾ ਆਕਾਸ਼ ਕੀ, ਜੇ ਆਕਾਸ਼ ਦੇ ਵਿੱਚ ਉੱਡਦੇ ਪੰਛੀਆਂ ਦੀ ਰੀਸ ਧਰਤੀ ਤੇ ਫਿਰਨ ਵਾਲਾ ਕੇ ਕੀੜਾ ਕਰ ਲੈ, ਕਰ ਸਕਦਾ, ਕਹਿੰਦੇ ਵਾਹਿਗੁਰੂ, ਕਰ ਸਕਾਂ ਹੁਣ ਕੀੜਾ ਫਿਰ ਧਰਤੀ ਤੇ ਤੁਰਨ ਵਾਲਾ, ਉਹ ਕਹੇ ਕਿ ਮੈਂ ਆਕਾਸ਼ ਦੇ ਪੰਛੀ ਵਾਂਗੂ ਉੱਡ ਸਕਾਂ, ਬੱਲੇ ਬੱਲੇ ਕਿਤਨੀ ਨਮਰਤਾ ਜਗਾਈ ਇੱਥੇ ਗੁਰੂ ਸਾਹਿਬ ਨੇ, ਕਹਿੰਦਾ ਨਾ ਇੰਨਾ ਸਿਮਰਨ ਕਰਾਂ ਪਰ ਫਿਰ ਵੀ ਹਾਲਤ ਜਿਹੜੀ ਨਾ ਮਾਫ਼ ਕਰਨਾ, ਸੁਣ ਕਰਦਾ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ, ਜੇ ਤੇਰੀ ਕਿਰਪਾ ਰਹਿਮ ਤੇ ਨਦਰ ਨਹੀਂ ਨਾ ਮਾਫ਼ ਕਰਨ ਤੇਰੀ ਬਖਸ਼ ਫਿਰ ਵੀ ਕੀ ਹੈ ਕੁਛ ਵੀ ਨਹੀਂ, ਪਰ ਜਿਹੜਾ ਧਿਆਨ ਦੇਣਾ ਪਵੇਗਾ ਗੁਰੂ ਕਿਸੇ ਮਹਾਂਪੁਰਖ ਬਾਬਾ ਨਾਨਕ ਸਿੰਘ ਜੀ ਕੀਰਤਨ ਕਰ ਰਹੇ, ਮਾਫ਼ ਕਰਨਾ ਕਥਾ ਕਰ ਰਹੇ, ਕਥਾ ਕਰਦੇ ਕਰਦੇ ਸੰਗਤ ਆਈ ਗਈ ਜਾਈ ਗਈ ਆਈ ਗਈ ਜਾਈ ਗਈ, ਮਾਫ਼ ਕਰਨਾ ਮਾਫ਼ ਕਰਨਾ ਗੁਰੂ ਕੀ ਸੰਗਤ, ਸਾਧ ਸੰਗਤ ਜੀ ਇਹ ਤਿੰਨ ਗੁਣ ਨੇ ਬ੍ਰਹਮ ਗਿਆਨੀ ਚ, ਸਾਧ ਸੰਗਤ ਜੀ ਤਿੰਨ ਗੁਣ ਕਿਹੜੇ ਕਿਹੜੇ, ਬਾਣੀ ਗੁਰਬਾਣੀ ਕਹਿੰਦੀ, ਆਪਾਂ ਵੈਸੇ ਜਣੇ ਖੜੇ ਨੂੰ ਬ੍ਰਹਮ ਗਿਆਨੀ ਕਹਿ ਦਿੰਦੇ, ਕਹਿੰਦੇ ਪੈ ਗੁਰੂ, ਗੁਰੂ ਕਿਸਮ ਬ੍ਰਹਮ ਗਿਆਨੀ ਪੜ੍ਹਨਾ ਬਹੁਤ ਔਖਾ ਹੈ, ਬਰਮ ਦੇਖਿਆ ਬਰਮ ਸੁਣੀਐ ਬਰਮ ਨਦਰੀ ਆਇਆ, ਬਰਮ ਪਿੱਖ ਕੀੜੀ ਤੋਂ ਲਾ ਕੇ ਬਰਮਾ ਤੱਕ, ਬੱਲੇ 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 ਸਾਹ ਸੰਸਾਰਿਆਂ ਦੇ ਵਿੱਚ ਪਰਮੇਸ਼ਰ ਨੂੰ ਵੇਖਣਾ, ਬੜੀ ਔਖੀ ਗੱਲ ਹੈ ਖਾਲਸਾ ਜੀ, ਮਾਫ਼ ਕਰਨਾ ਇਹ ਤਾਂ ਕੋਈ ਭਾਈ ਕਨਈਆ ਹੀ ਬਣਦਾ, ਬਿਸਰ ਗਈ ਸਰਤਾਤ ਪਰਾਈ ਜਪ ਤੇ ਸਾਧ ਸੰਗਤ ਮੋਹੇ, ਇਹ ਸਤ ਸੰਗਤ ਹੈ, ਕਹਿ ਦਿਓ ਵਾਹਿਗੁਰੂ, ਕਾਹੇ ਰੇ ਮਨ ਚਿਤਵੈ ਉਦਮ ਜਾਂ ਹਰ ਹਰ ਜਿਉ ਪਰਿਆ, ਸੈਨ ਪੱਥਰ ਮੈਂ ਜੰਤੂ ਪਾਏ ਤਾਂ ਘਰ ਜਿਗ ਆਗੇ ਕਰ ਤਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਕੋਈ ਐਸਾ ਬੰਦਾ ਹੈ ਜਿਹਦਾ ਪਾਲ ਉਤਾਰਾ ਬਿਨਾਂ ਸਤ ਸੰਗਤ ਹੋਇਆ ਹੋਵੇ, ਕਹਿੰਦੇ ਵਾਹਿਗੁਰੂ, ਭੂਮੀਏ ਚੋਰ ਵਰਗਿਆਂ ਦਾ ਉਧਾਰ ਸਤ ਸੰਗਤ ਵਿੱਚ ਆ ਕੇ ਹੋਇਆ ਸੀ, ਸੱਜਣ ਠੱਗ ਵਰਗੇ ਕੌਡੇ ਰਾਕਸ਼ਸ ਵਰਗੇ ਗਣਕਾਂ ਵਰਗੀ ਇੱਕ ਵੇਸਵਾ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਫਰਮਾਉਂਦੇ ਨੇ ਮੰਨ ਰਹੇ ਪ੍ਰਭ ਕੀ ਸ਼ਰਨ ਬਚਾਓ, ਕਿਆ ਬਾਤ ਹੈ, ਕਹਿ ਦਿਓ ਵਾਹਿਗੁਰੂ, ਕਹਿ ਦਿਓ ਵਾਹਿਗੁਰੂ, ਇੱਕ ਵਾਰੀ ਫਿਰ ਕਹਿ ਦਿਓ ਵਾਹਿਗੁਰੂ, ਆ ਜਿਹੜਾ ਸਮਾਂ ਸਾਡਾ ਨਾ ਆਪਾਂ ਗੁਰੂ ਚਰਨਾਂ 'ਚ ਬੈਠੇ ਹਾਂ, ਇਹ ਸਮਾਂ ਸਾਡਾ ਦਰਗਾਹੀ ਸਮਾਂ, ਦਰਗਾਹੀ ਸਮਾਂ, ਇਹ ਨਹੀਂ ਹੈ ਕਿ ਆਪਾਂ ਬਹੁਤ ਲੋਕਾਂ ਨੂੰ ਸੁਣਾਉਣ ਵਾਸਤੇ ਇੱਥੇ ਇਕੱਠੇ ਹੋਏ ਹਾਂ, ਮਾਫ਼ ਕਰਨਾ ਗੁਰੂ ਕੀ ਸੰਗਤ ਦਾ ਧਿਆਨ ਦੇਣਾ, ਰਹੋ ਵਿਚਾਰ ਪਹਿਲਾਂ ਇਸ ਪਾਸੇ ਆਈ, ਮਹਾਤਮਾ 28 ਘੰਟੇ ਮਾਫ਼ ਕਰਨਾ, ਸੰਗਤ ਆਈ ਗਈ ਜਾਈ ਗਈ ਆਈ ਗਈ ਜਾਈ ਗਈ, 28 ਘੰਟੇ ਹੋ ਗਏ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੂੰ ਕਥਾ ਕਰਦੇ ਹਾਂ, 28 ਘੰਟੇ ਕਰਦੇ 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 ਸੇਵਾਦਾਰ ਕੱਲਾ ਹੀ ਰਹਿ ਗਿਆ ਕੋਲ, ਸਾਰੇ ਉੱਠ ਕੇ ਚਲੇ ਗਏ, ਮਹਾਤਮਾ ਫਿਰ ਕਥਾ ਕਰੀ ਜਾ,
ਐਵੇਂ ਨੀ ਕਿਹਾ ਬਾਣੀ ਉਚਰੈ ਸਾਧ ਚੰਨ ਅਮੀਓ ਚੱਲੈ ਚੰਨੇ ਬੱਲੇ 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 ਕਹਿੰਦੇ ਜਦ ਮਹਾਤਮਾ ਬੋਲਦੇ ਨੇ ਉਹਨਾਂ ਦੀ ਰਸਨਾ ਤੋਂ ਨਿਕਲੀ ਬਾਣੀ ਕਹਿੰਦੇ ਐ ਮਨਾਂ ਨੂੰ ਤ੍ਰਿਪਤ ਕਰਦੇ ਜਿਵੇਂ ਅੰਮ੍ਰਿਤ ਦੇ ਝਰਨੇ ਚੱਲਦੇ ਹੋਣ ਝਰਨੇ। ਮਾਫ ਕਰਨਾ ਗੁਰੂ ਕਿਸਮ ਬਾਬਾ ਜੀ, ਗੁਰੂ ਕਿਸਮ ਸਾਰੀ ਸੰਗਤ ਉੱਠ ਕੇ ਚਲੀ ਗਈ। ਸੇਵਾਦਾਰ ਨੇ ਆਖਿਆ ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਉੱਥੇ ਵਾਤੇ ਬੋਲੇ ਖਾਲਸਾ ਜੀ ਕਹਿੰਦੇ ਵਾਹਿਗੁਰੂ। ਮਾਫ਼ ਕਰਨਾ ਐਵੇਂ ਨੀ ਕਿਹਾ ਗੁਰ ਕਿਰਪਾ ਚ ਨਰਕੋ ਕੀ ਨੀ ਤੇ ਇਹ ਜਗਤ ਤੇ ਇਹ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੂ ਪਾਣੀ ਸੰਗ ਪਾਣੀ। ਮਾਫ਼ ਕਰਨਾ ਕਿਹਾ ਬਾਬਾ ਜੀ ਬਾਬਾ ਜੀ ਬਾਬਾ ਜੀ। ਤਾਂ ਤੀਜੀ ਵਾਰੀ ਆਖਿਆ ਫਿਰ ਕੰਧੇ ਨੂੰ ਫਟਾ ਕੇ ਬਾਬਾ ਜੀ। ਸੰਤ ਮਰਗਾਂ ਨੂੰ ਬਾਬਾ ਜੀ ਲੱਗੇ ਕਿ ਬਾਬਾ ਨੰਦ ਸਿੰਘ ਲੱਗੇ ਕੀ ਗੱਲ ਬਾਈ ਕੀ ਗੱਲ ਕੀ ਹੋ ਗਿਆ। ਆਖਿਆ ਬਾਬੀ ਸੰਗਤ ਕੋਈ ਨੀ ਤੁਸੀਂ ਕਦਾ ਕਰੀ ਜਾ ਰਹੇ ਹੋ। ਉਹ ਮਹਾਂਪੁਰਖ ਲੱਗੇ ਕਹਿਣ ਮੂਰਖ ਬੜਾ ਨਰਤ ਕੀਤਾ। ਅਸੀਂ ਤਾਂ ਗੁਰੂ ਨਾਨਕ ਸਾਹਿਬ ਨੂੰ ਕਥਾ ਸੁਣਾ ਰਹੇ ਸੀ, ਅਸੀਂ ਤਾਂ ਗੁਰੂ ਨਾਨਕ ਸਾਹਿਬ ਨੂੰ ਕਥਾ ਸੁਣਾ ਰਹੇ ਸੀ। ਭਗਤੀ ਕਰਦੇ ਕਰਦੇ ਭਗਤ ਨੇ ਭਗਵਾਨ ਦਾ ਰੂਪ ਹੋ ਜਾਣਾ, ਪਹੁੰਚੋ ਕੀਰਤਪੁਰ ਸਾਹਿਬ ਦੀ ਧਰਤੀ ਤੇ। ਮਾਫ਼ ਕਰਨਾ ਅਨੰਦਪੁਰ ਸਾਹਿਬ ਦੀਆਂ ਜੜ੍ਹਾਂ ਦੇ ਵਿੱਚ ਪੈਂਦਾ ਕੀਰਤਪੁਰ ਸਾਹਿਬ। ਇਹ ਜਮਾਨਾ ਸੱਤਵੇਂ ਪਾਤਸ਼ਾਹ ਗੁਰੂ ਹਰਿ ਸਾਹਿਬ ਦਾ ਸੀ। ਸਾਧ ਸੰਗਤ ਜੀ ਮਾਫ਼ ਕਰਨਾ ਕਾਬਲ ਦੇ ਰਹਿਣ ਵਾਲਾ ਭਾਈ, ਮਾਫ਼ ਕਰਨਾ ਗੁਰੂ ਕਿਸਮ ਕਾਬਲ ਦੇ ਰਹਿਣ ਵਾਲਾ ਸਤਿਗੁਰੂ ਪਾਤਸ਼ਾਹ ਜੀ ਦਾ ਸਿੱਖ, ਮਾਫ਼ ਕਰਨਾ ਗੁਰੂ ਕਿਸਮ ਇਹੋ ਜਿਹੇ ਕਮਾਈਆਂ ਵਾਲੇ ਸਿੱਖ ਗੁਰੂ ਕੀ ਸੰਗਤ ਸਤਿਗੁਰ ਪਾਤਸ਼ਾਹ ਜੀ ਦੇ ਹੋਏ। ਮਾਫ਼ ਕਰਨਾ ਸਾਧ ਸੰਗਤ ਜੀ ਕਾਬਲ ਦੇ ਰਹਿਣ ਵਾਲਾ ਇੱਕ ਸਿੱਖ ਸਤਿਗੁਰੂ ਗੁਰੂ ਹਰਿ ਸਾਹਿਬ ਦਾ ਬੜਾ ਸ਼ਰਧਾਲੂ ਸਿੱਖ ਸੀ। ਪੈਰ ਰਾਤ ਰਹਿੰਦੀ ਉੱਠ ਕੇ ਦਾਤਰ ਕੁਰਲਾ ਇਸ਼ਨਾਨ ਕਰਨਾ। ਮਾਫ਼ ਕਰਨਾ ਸਿੱਖ ਦਿਖਾਵਾ ਨਹੀਂ ਕਰਦਾ। ਅੰਮ੍ਰਿਤ ਵੇਲਾ ਰਾਤ ਦੇ 1:30 ਵਜੇ ਸ਼ੁਰੂ ਹੋ ਜਾਂਦਾ। ਪੁੱਛਿਆ ਸੀ ਨਾ ਸਿੱਖ ਸੰਗਤਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰਕੇ, ਮਹਾਰਾਜ ਗੁਰੂ ਰਾਮਦਾਸ ਮਾਰ ਦੇ ਚਰਨਾਂ 'ਚ ਬੇਨਤੀ ਕਰਕੇ ਪੁੱਛਿਆ ਸੀ ਮਹਾਰਾਜ ਗੁਰਸਿੱਖ ਦੀ ਨਿਸ਼ਾਨੀ ਕੀ ਹੁੰਦੀ। ਮਾਫ਼ ਕਰਨਾ ਵਟ ਇਜ਼ ਦਾ ਡੈਫੀਨੇਸ਼ਨ ਆਫ ਏ ਗੁਰਸਿੱਖ, ਇੱਕ ਸਿੱਖ ਦੀ ਪਰਿਭਾਸ਼ਾ ਕੀ। ਸਤਿਗੁਰ ਗੁਰੂ ਰਾਮਦਾਸ ਜੀ ਲੱਗੇ ਕਿ ਸਿੱਖੋ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਠਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਅਸੀਂ ਬੜੀ ਸ਼ਰਧਾ ਰੱਖ ਕੇ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਇਸ਼ਨਾਨ ਕਰਨ ਵਾਸਤੇ ਜਾਂਦੇ ਹਾਂ। ਮਾਫ਼ ਕਰਨਾ ਗੁਰੂ ਕੀ ਸੰਗਤ, ਇੱਕ ਮਹਾਤਮਾ ਇਸ ਤੁਕ ਦੇ ਅਰਥ ਕਰਿਆ ਕਰਦੇ ਸਨ ਕਿ ਜਿਹੜਾ ਗੁਰਸਿੱਖ ਨਾ ਜਿੱਥੇ ਮਰਜ਼ੀ ਬੈਠਾ ਜੋ ਰਾਤ ਦੇ 1:30 ਵਜੇ ਉੱਠ ਕੇ ਇਸ਼ਨਾਨ ਕਰਦਾ ਨਾ ਉਹਨੂੰ ਇੰਨਾ ਹੀ ਫਲ ਮਿਲੇਗਾ ਜਿਵੇਂ ਹਰਿਮੰਦਰ ਸਾਹਿਬ ਦੇ ਸਰੋਵਰ ਦਾ ਇਸ਼ਨਾਨ ਕਰ ਲਿਆ ਹੋਵੇ। ਖਾਲਸਾ ਜੀ ਐਸਾ ਵੀ ਕਰਿਆ ਕਰਦੇ ਸਨ। ਮਾਫ਼ ਕਰਨਾ ਇਸ਼ਨਾਨ ਕਰੇ ਅੰਮ੍ਰਿਤ ਸਰ, ਅੰਮ੍ਰਿਤ ਸਰ ਨਹਾਵੈ। ਮਾਫ਼ ਕਰਨਾ ਗੁਰੂ ਕੀ ਸੰਗਤ ਕਹਿੰਦੇ ਨੇ, ਮਾਫ਼ ਕਰਨਾ ਮਾਰ ਲੱਗੇ ਕਹਿਣ ਕਿ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਰਬਕ ਪਾਪ ਦੋਖ ਲੈ ਜਾਵੇ, ਉੜਦੇ ਬਹਿੰਦੇ ਹਰਨਾਮ ਤੇ ਆਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਕਾਬਲ ਦੇ ਰਹਿਣ ਵਾਲਾ ਭਾਈ ਗੁੰਦਾ ਸਤਿਗੁਰ ਗੁਰੂ ਹਰਿ ਸਾਹਿਬ ਦਾ ਬੜਾ ਅਨੰਦ ਸ਼ਰਧਾਲੂ ਸਿੱਖ ਸੀ। ਅੱਜ ਕੱਲ੍ਹ ਦਾ ਜ਼ਮਾਨਾ ਬਦਲ ਗਿਆ, ਜ਼ਮਾਨੇ ਦੇ ਬਦਲਣ ਦੇ ਨਾਲ ਨਾ ਅਸੀਂ ਗੁਰੂ ਘਰ ਦੀ ਮਰਿਆਦਾ ਵੀ ਬਦਲ ਦਿੱਤੀ। ਕਹਦੇ ਵਾਹਿਗੁਰੂ। ਮਾਫ਼ ਕਰਨਾ ਖਾਲਸਾ ਜੀ, ਜ਼ਮਾਨੇ ਦੇ ਬਦਲਣ ਨਾਲ ਗੁਰੂ ਘਰ ਦੀ ਮਰਿਆਦਾ ਵੀ ਬਦਲ ਦਿੱਤੀ। ਕੁਰਸੀਆਂ ਤੋਂ ਬਗੈਰ ਲੰਗਰ ਨਹੀਂ ਖਾਧਾ, 4-4 ਘੰਟੇ ਬਹਿ ਗਏ। ਗੁਰੂ ਘਰ ਵਿੱਚ ਕੀਰਤਨ ਤਾਂ ਸੁਣ ਸਕਦੇ ਹਾਂ ਪਰ 10 ਮਿੰਟ ਜੇ ਲੰਗਰ ਛਕਣਾ ਤਾਂ ਬਿਨਾਂ ਕੁਰਸੀ ਤੋਂ ਨਹੀਂ ਖਾਧਾ ਜਾਣਾ। ਖਾਲਸਾ ਜੀ ਕਹਦੇ ਵਾਹਿਗੁਰੂ। ਮਨ ਮਥਨ ਕਹਦੇ ਵਾਹਿਗੁਰੂ। ਗੁਰ ਕੀ ਮੱਤ ਤੂੰ ਲੈ ਆਣੇ ਭਗਤ ਬਿਨਾਂ ਬਹੁ ਡੁੱਬੇ ਸਿਆਣੇ। ਮਾਫ਼ ਕਰਨਾ ਅੱਜ ਕੱਲ੍ਹ ਤਾਂ ਆਸਾ ਦੀ ਵਾਰ ਸਵੇਰੇ ਸੂਰਜ ਚੜ੍ਹੇ ਲੱਗਦੀ ਕਿਉਂ, ਅਸੀਂ ਉੱਠਣੇ ਸੂਰਜ ਚੜ੍ਹੇ, ਪਰ ਗੁਰੂ ਨਾਨਕ ਜੀ ਤੋਂ ਲਾ ਕੇ ਕਲਗੀਧਰ ਪਾਤਸ਼ਾਹ ਦੇ ਸਮੇਂ ਤੱਕ ਆਸਾ ਦੀ ਵਾਰ 2 ਵਜੇ ਸ਼ੁਰੂ ਹੁੰਦੀ ਤੇ ਸਵੇਰੇ ਸੂਰਜ ਦੀ ਟਿੱਕੀ ਨਿਕਲੇ ਸਾਸੋਂ ਭੋਗ ਪੈਂਦੇ ਸਨ। ਕਾਬਲ ਦੇ ਜਿਹਦਾ ਧਿਆਨ ਧਰੋਗੇ ਉਹਦਾ ਰੂਪ ਹੋ ਜਾਓਗੇ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ
ਮਾਨ ਐਸਾ ਵੀ ਦੱਸਿਆ ਗੁਰ ਕੀ ਮੂਰਤ ਮਨ ਮੈਂ ਧਿਆਏ ਜੋ ਇੱਛਾ ਸੋਈ ਫਲ ਪਾਏ ਕਾਬਲ ਦੇ ਰਹਿਣ ਵਾਲਾ ਭਾਈ ਗੁਰ ਦਾ ਭੈਰ ਰਾਤ ਰਹਿੰਦੀ ਉੱਠ ਕੇ ਨਾ ਸਤਿਗੁਰ ਗੁਰੂ ਮਾਫ਼ ਕਰਨਾ ਗੁਰੂ ਕਿਸਮ ਹਰ ਐਸਾ ਮਰ ਦੇ ਚਰਨਾਂ ਦਾ ਧਿਆਨ ਧਰਨਾ ਮਾਫ਼ ਕਰਨਾ ਸਤਿਗੁਰੂ ਗੁਰੂ ਹਰ ਰਸ ਨਿੱਤਾ ਪ੍ਰਤੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਾ ਗੁਰੂ ਕੀ ਸੰਗਤ ਆਸਾ ਦੀ ਵਾਰ ਦੇ ਦੀਵਾਨ ਦੇ ਵਿੱਚ ਆ ਕੇ ਚੌਂਕੜਾ ਮਾਰ ਕੇ ਸਤਸੰਗ ਬਿਰਾਜਮਾਨ ਹੋ ਜਾਂਦੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇਣ ਵਾਸਤੇ ਗੁਰੂ ਕੀ ਸੰਗਤ ਅੱਜ ਕਾਬਲ ਦੇ ਰਹਿਣ ਵਾਲਾ ਭਾਈ ਗਾਉਂਦਾ ਸਤਸੰਗ ਜੀ ਸਮਾਧੀ ਲੱਗ ਗਈ ਭਾਈ ਗਾਉਂਦੇ ਤੇ ਕਦੇ ਸਮਾਂ ਬਣਿਆ ਤੇ ਵਿਚਾਰ ਕਰਾਂਗੇ ਮਾਫ਼ ਕਰਨਾ ਗੁਰੂ ਕੀ ਸੰਗਤ ਸਿਮਰਨ ਕਰਦੇ ਕਰਦੇ ਸਿੱਖ ਵਸਤੂ ਦੇ ਕਾਲ ਤਿੰਨੇ ਚੀਜ਼ਾਂ ਭੁੱਲ ਗਿਆ ਵਸਤੂ ਕਹਿੰਦੇ ਨੇ ਜਿਹੜੀਆਂ ਚੀਜ਼ਾਂ ਇਹਨਾਂ ਅੱਖਾਂ ਨੂੰ ਨਜ਼ਰ ਆਉਂਦੀਆਂ ਨੇ ਦੇ ਕਹਿੰਦੇ ਨੇ ਸਰੀਰ ਨੂੰ ਕਾਲ ਕਹਿੰਦੇ ਨੇ ਵਕਤ ਨੂੰ ਜਿੱਥੇ ਤਿੰਨੇ ਚੀਜ਼ਾਂ ਭੁੱਲ ਜਾਣ ਉਹਦਾ ਨਾਂ ਸਮਾਧੀ ਦੱਸਿਆ ਹੈ ਤਿੰਨੇ ਚੀਜ਼ਾਂ ਭੁੱਲ ਗਿਆ ਸਮਾਧੀ ਵਿੱਚ ਗੁਰੂ ਹਰਿ ਸਾਹਿਬ ਜੀ ਦੇ ਚਰਨ ਪਕੜੇ ਹੋਏ ਹਨ ਗੁਰੂ ਕੀ ਸੰਗਤ ਸਮਾਂ ਬੀਤਦਾ ਤੁਰਿਆ ਜਾਂਦਾ ਹੈ ਮਾਫ਼ ਕਰਨਾ ਅੱਜ ਇਤਨਾ ਆਨੰਦ ਆਇਆ ਗੁਰੂ ਕੀ ਸੰਗਤ ਗੁਰੂ ਘਰ ਸਿੱਖ ਨਾਲ ਗੁਰੂ ਚਰਨਾਂ ਨਾਲ ਲੋਟ ਪੋਟ ਹੋ ਗਿਆ ਸੂਰਜ ਦੀ ਟਿੱਕੀ ਨਿਕਲਦੇ ਹਰ ਯੁੱਗ ਯੁੱਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਰਾਗੀ ਸਿੰਘਾਂ ਨੇ ਸ਼ਬਦ ਪੜ੍ਹ ਕੇ ਭੋਗ ਪਾਤਾ ਗੁਰੂ ਕਿਸਨ ਅਰਦਾਸ ਸ਼ੁਰੂ ਹੋ ਗਈ ਸਾਰੀ ਸੰਗਤ ਅਰਦਾਸ ਦੇ ਵਿੱਚ ਸ਼ਾਮਿਲ ਹੈ ਪਰ ਸਤਿਗੁਰੂ ਗੁਰੂ ਹਰਿ ਸਾਹਿਬ ਚੌਂਕੜਾ ਲੱਗਿਆ ਹੈ ਇੱਕ ਟੱਕ ਬੈਠੇ ਇੱਕ ਟੱਕ ਬੈਠੇ ਨੇ ਹਜ਼ੂਰ ਮਾਫ਼ ਕਰਨਾ ਚੌਂਕੜਾ ਲੱਗਿਆ ਇੱਕ ਟੱਕ ਸਮਾਧੀ ਦੇ ਵਿੱਚ ਬੈਠੇ ਨੇ ਨਾ ਹਿਲਦੇ ਨੇ ਨਾ ਜੁਲਦੇ ਨੇ ਮਾਫ਼ ਕਰਨਾ ਅਰਦਾਸ ਹੋ ਗਈ ਅਰਦਾਸ ਤੋਂ ਬਾਅਦ ਕੜਾ ਪ੍ਰਸ਼ਾਦੀ ਦੇਵਤਾ ਤੇ ਗਈ ਨਿੰਦਾ ਪ੍ਰਤੀ ਗੁਰੂ ਕਿਸਮ ਅਰਦਾਸ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਨਾ ਗੁਰੂ ਹਰਿ ਸਾਹਿਬ ਮਾਰਕ ਘੋੜੇ ਤੇ ਸਵਾਰ ਹੋ ਕੇ ਸੈਰ ਕਰਨ ਜਾਇਆ ਕਰਦੇ ਸਨ ਸੇਵਾਦਾਰ ਸਿੱਖ ਨੇ ਗੁਰੂ ਕਿਸਮ ਕੋਲ ਆ ਕੇ ਆ ਵੀ ਖੜਾ ਹੋ ਜਾਂਦਾ ਬੁਲਾਉਂਦਾ ਤੇ ਸਵਾਲ ਹੀ ਪੈਦਾ ਨਹੀਂ ਸੀ ਕਰਦੇ 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 ਸਤਸੰਗ ਦਿਨ ਦੇ 10 ਵਜੇ 11 ਵਜੇ ਦਾ ਟਾਈਮ ਹੋ ਗਿਆ ਜਦੋਂ 11 ਵਜੇ ਉੱਧਰ ਕਾਬਲ ਦੇ ਵਿੱਚ ਨਾ ਭਾਈ ਖੋਂਦੇ ਦੀ ਸਮਾਧੀ ਖੁੱਲ੍ਹੀ ਕਿੱਥੇ ਕੀਰਤਪੁਰ ਸਾਹਿਬ ਅਤੇ ਕਿੱਥੇ ਕਾਬਲ ਖਾਲਸਾ ਜੀ ਮਾਫ਼ ਕਰਨਾ ਗੁਰੂ ਕੀ ਸੰਗਤ ਜਦੋਂ ਗੁਰੂ ਸਾਹਿਬ ਦੀ ਸਮਾਧੀ ਖੁੱਲ੍ਹੀ ਮਾਫ਼ ਕਰਨਾ ਉੱਧਰ ਭਾਈ ਖੋਂਦਾ ਜੀ ਦੀ ਸਮਾਧੀ ਖੁੱਲ੍ਹੀ ਗੁਰੂ ਸਾਹਿਬ ਦੇ ਜੋ ਚਰਨ ਪਕੜੇ ਹੋਏ ਸੀ ਸਮਾਧੀ ਵਸਤਾ ਜੇ ਚਰਨ ਛੱਡੇ ਮਾਫ਼ ਕਰਨਾ ਹਜ਼ੂਰ ਨੇ ਇੱਧਰ ਆਪਣੇ ਨੇਤਰਾਂ 'ਤੇ ਹੱਥ ਫੇਰਦੇ ਨੇਤਰ ਖੁੱਲ੍ਹੇ ਕੀ ਦੇਖਿਆ ਬੜੀ ਸੰਗਤ ਸੱਸ ਗੁਰੂ ਸਾਹਿਬ ਦੇ ਚਰਨਾਂ 'ਚ ਦੋਵੇਂ ਹੱਥ ਜੋੜ ਕੇ ਖੜੀ ਹੈ ਹਜ਼ੂਰ ਲੱਗੇ ਕਹਿੰਦੇ ਪ੍ਰੇਮੀਓ ਕੀ ਗੱਲ ਸੰਗਤਾਂ ਨੇ ਕਹਿਣਾ ਕੀਤਾ ਮਹਾਰਾਜ ਅੱਜ ਅਰਦਾਸ ਹੀ ਸ਼ਾਮਿਲ ਨਹੀਂ ਹੋਏ ਅੱਜ ਮਹਾਰਾਜ ਹਜ਼ੂਰ ਗੁਰੂ ਕੇ ਲੰਗਰਾਂ 'ਚ ਨਹੀਂ ਗਏ ਅੱਜ ਸੇਵਾ ਦਾ ਸਿੱਖ ਲਗਾ ਕੇ ਮਹਾਰਾਜ ਹਜ਼ੂਰ ਸੈਰ ਕਰਨ ਵਾਸਤੇ ਵੀ ਨਹੀਂ ਗਏ ਮਹਾਰਾਜ ਅੱਜ ਆਪ ਅਰਦਾਸ 'ਚ ਵੀ ਸ਼ਾਮਿਲ ਨਹੀਂ ਹੋਏ ਗੁਰੂ ਸਾਹਿਬ ਲੱਗੇ ਕਹਿੰਦੇ ਸਿੱਖੋ ਅਰਦਾਸ 'ਚ ਕੀ ਸ਼ਾਮਿਲ ਹੋਣਾ ਸੀ ਇਹ ਦੱਸੋ ਤੁਹਾਡੇ ਪੈਰਾਂ ਨੂੰ ਕੋਈ ਘੁੱਟ ਕੇ ਫੜ ਰਹੇ ਤੁਸੀਂ ਖੜੇ ਹੋ ਸਕਦੇ ਉਸ ਮੌਕੇ ਗੁਰੂ ਕੀ ਸੰਗਤ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਜੇ ਕੋਈ ਪੈਰਾਂ ਨੂੰ ਘੁੱਟ ਕੇ ਜੱਫਾ ਮਾਰਨ ਵੀ ਫੜਨ ਵੀ ਕੌਣ ਖੜਾ ਹੋ ਸਕਦਾ ਕੋਈ ਖੜਾ ਨਹੀਂ ਹੋ ਸਕਦਾ ਗੁਰੂ ਸਾਹਿਬ ਲੱਗੇ ਕਹਿਣ ਭਾਈ ਅਸੀਂ ਕਿਵੇਂ ਖੜੇ ਹੋ ਜਾਂਦੇ ਕਾਬਲ ਦੇ ਵਿੱਚ ਭਾਈ ਕਹਿੰਦੇ ਨੇ ਸਾਡੇ ਸਮਾਧੀ 'ਚ ਚਰਨ ਪਕੜੇ ਹੋਏ ਸੀ ਸਿੱਖ ਨੇ ਚਰਨ ਛੱਡੇ ਤਾਂ ਜਾ ਕੇ ਹੁਣ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਤਦੇ ਗੁਰਬਾਣੀ ਕਹਿੰਦੀ ਹੈ ਪਾਤਸ਼ਾਹ ਕਹਿੰਦੇ ਨੇ ਨਾ ਤੂੰ ਆਵੇਂ ਬਸ ਬਹੁਤ ਕਲਾਵਨੇ ਨਾ ਤੂੰ ਆਵੇਂ ਬਸ ਵੇਦ ਪੜ੍ਹਾਵੇਂ ਉਹਦੀਆਂ ਕਿਤਾਬਾਂ ਨਾਲ ਵੀ ਗੁਰੂ ਕਿਸਮ ਪੜ੍ਹਿਆ ਉਹ ਵਸ ਨਹੀਂ ਆਉਂਦਾ ਮਾਫ਼ ਕਰਨਾ ਗੁਰੂ ਕਿਸਮ ਥਾਂ ਥਾਂ 'ਤੇ ਫਿਰਿਆ ਵੀ ਵਸ ਨਹੀਂ ਆਉਂਦਾ ਨਾ ਤੂੰ ਆਵੇਂ ਬਸ ਧਰਤੀ ਧਾਈਏ ਨਾ ਤੂੰ ਆਵੇਂ ਬਸ ਤੀਰਥ ਨਹਾਈਏ ਤੀਰਥਾਂ 'ਤੇ ਨਹਾਤਿਆਂ ਵੀ ਵਸ ਨਹੀਂ ਆਉਂਦਾ ਨਾਮਦੇਵ ਜੀ ਕਹਿੰਦੇ ਜੇ ਤੀਰਥਾਂ 'ਤੇ ਨਹਾਤਿਆਂ ਮੁਕਤੀ ਹੋ ਜਾਣੀ ਹੁੰਦੀ ਤਾਂ 42 ਲੱਖ ਯੋਨੀਆਂ ਜਿਹੜੀਆਂ ਕੀੜੇ ਮਕੌੜੇ ਮੱਛੀਆਂ ਡੱਡੀਆਂ ਪਾਣੀ 'ਚ ਵਸਦੀਆਂ ਨੇ ਉਹ ਵੀ ਮੁਕਤ ਹੋ ਜਾਂਦੀਆਂ ਖਾਲਸਾ ਜੀ ਮਾਫ਼ ਕਰਨਾ ਫਿਰ ਦੱਸਦੇ ਨੇ ਨਾ ਤੂੰ ਆਵੇਂ ਬਸ ਮਾਫ਼ ਕਰਨਾ ਕਿਤੇ ਸਿਆਣਪੇ ਬਹੁਤੀਆਂ ਸਿਆਣਪਾਂ ਨਾਲ ਵੀ ਵਸ ਨਹੀਂ ਆਉਂਦਾ ਨਾ ਤੂੰ ਆਵੇਂ ਸਹਿ ਸਿਆਣਪਾਂ ਲੱਖ ਹੋਏ
ਤਾਂ ਇਕੱਲਾ ਚੱਲੇ ਨਾਲ ਸੱਦੇ ਪਾਤਸ਼ਾਹ ਕਹਿੰਦੇ ਨੇ ਜੇ ਮਾਲਕ ਨੂੰ ਮਿਲਣਾ ਤੇ ਸਿਆਣਪਾ ਛੱਡ ਦੇ। ਕਹਿੰਦੇ ਵਾਹਿਗੁਰੂ ਜੇ ਮਾਲਕ ਨੂੰ ਮਿਲਣਾ ਨੇ ਤੇ ਸਿਆਣਪਾ ਛੱਡ ਦੇ। ਛਾੜ ਸਿਆਣਪ ਸੁਖਮੀ ਸਾਹਿਬ, ਛਾੜ ਸਿਆਣਪ ਸਿਆਣਪਾਂ ਤੇ ਛੱਡਦੀਆਂ, ਛਾੜ ਸਿਆਣਪ, ਛਾੜ ਸਿਆਣਪ ਸਗਲੀ ਮਨਾ ਸਾਹ ਸੰਗ ਪਾਵੈ ਸਚ ਧਨਾ। ਮਾਫ ਕਰਨਾ ਨਾ ਤੂੰ ਆਵੇਂ ਵਸ ਕਿਤੇ ਸਿਆਣਪੇ, ਨਾ ਤੂੰ ਆਵੇਂ ਵਸ ਬਹੁਤਾ ਤਾਂ ਤੇ। ਮਾਫ ਕਰਨਾ ਗੁਰੂ ਕੀ ਸੰਗਤ, ਜੋ ਰੁਪਈਆਂ ਦਾ ਮਿਲਦਾ ਹੁੰਦਾ ਤੇ ਸ਼ਾਇਦ ਵਿਰਲੇ ਟਾਟੇ ਤੇ ਮੋਦੀ ਵਰਗੇ ਖਰੀਦ ਲੈਂਦੇ। ਫਿਰ ਖਾਲਸਾ ਜੀ ਭਗਤ ਨਾਮ ਦੇ ਵਿੱਚ ਰਵਿਦਾਸ ਵਰਗਿਆਂ ਦਾ ਨੰਬਰ ਸ਼ਾਇਦ ਨਾ ਲੱਗਦਾ, ਸ਼ਾਇਦ ਨਾ ਲੱਗਦਾ। ਮਾਫ ਕਰਨਾ, ਪਰ ਗੁਰਬਾਣੀ ਕਹਿੰਦੀ ਮਾਫ ਕਰਨਾ, ਪਾਤਸ਼ਾਹ ਬਖਸ਼ਿਸ਼ ਕਰਨ ਫਿਰ ਸਭ ਕੁਝ ਤੇਰੇ ਵੱਸ। ਹੇ ਵਹਿਗੁਰੂ, ਹੇ ਵਹਿਗੁਰੂ, ਸਾਰਾ ਸੰਸਾਰ ਤੇਰੇ ਵਸੀ ਭੂਤ ਹੈ, ਸਭ ਕੁਝ ਤੇਰੇ ਵੱਸ। ਅਗੰਮ ਅਗੋਚਰਾ ਤਿੰਨ ਲੋਕ ਤੇ ਚੌਦਾਂ ਭਵਨ ਤੇਰੇ ਸੱਜੇ ਹੱਥ ਦੀ ਮੁੱਠੀ ਚ ਨੇ, ਸਭ ਕੁਝ ਤੇਰੇ ਵੱਸ, ਸਭ ਕੁਝ ਤੇਰੇ ਵੱਸ। ਅਗੰਮ ਅਗੋਚਰਾ, ਪਰ ਅੱਗੇ ਪਾਤਸ਼ਾਹ ਕਹਿੰਦੇ ਨੇ ਕਿ ਤੂੰ ਵੀ ਕਿਸੇ ਦੇ ਵੱਸ ਹੈ। ਕਹਿ ਦਿਓ ਵਹਿਗੁਰੂ, ਤੂੰ ਭਗਤਾਂ ਦੇ ਵੱਸ, ਤੂੰ ਭਗਤਾਂ ਦੇ ਵੱਸ, ਭਗਤਾਂ ਤਾਂ ਤੇਰਾ। ਵਹਿਗੁਰੂ ਅੰਤਰਜਾਮੀ ਕਹਿੰਦਾ, ਕਿੱਡੀ ਵੱਡੀ ਗੱਲ ਹੈ। ਮਾਲਕ ਰਹਿੰਦਾ ਕਿਤੇ ਸੱਚਖੰਡ, ਸੱਚਖੰਡ ਵਸੇ, ਸੱਚਖੰਡ ਵਸੇ ਨਿਰੰਕਾਰ ਮਾਲਕ ਕਹਿੰਦਾ ਕਿ ਮੇਰਾ ਨਾਮ ਜਪਣ ਵਾਲਿਆਂ ਨੇ ਮਾਫ ਕਰਨਾ, ਮੇਰਾ ਭਜਨ ਕਰਨ ਵਾਲਿਆਂ ਨੇ। ਵਹਿਗੁਰੂ ਅੰਤਰਜਾਮੀ ਕਹਿੰਦਾ ਮੈਨੂੰ ਪ੍ਰੇਮ ਦੀਆਂ ਡੋਰੀਆਂ ਪਾ ਕੇ ਸੱਚਖੰਡ ਤੋਂ ਖਿੱਚ ਕੇ ਤੇ ਮਾਤ ਲੋਕ ਚ ਲੈ ਆਉਂਦਾ। ਮੇਰਾ ਨਾਮ ਜਪਣ ਵਾਲਿਆਂ ਨੇ, ਮੇਰਾ ਨਾਮ ਜਪਣ ਵਾਲਿਆਂ ਨੇ ਮੈਨੂੰ ਪ੍ਰੇਮ ਦੀਆਂ ਡੋਰੀਆਂ ਪਾ ਕੇ, ਨਾ ਪ੍ਰੇਮ ਦੀਆਂ ਡੋਰੀਆਂ ਪਾ ਕੇ ਮੈਨੂੰ ਖਿੱਚ ਕੇ ਸੱਚਖੰਡ ਤੋਂ ਖਿੱਚ ਕੇ ਮਾਤ ਲੋਕ ਤੇ ਲੈ ਆਉਂਦਾ ਹੋਇਆ। ਤੂੰ ਭਗਤਾਂ ਦੇ ਵੱਸ, ਭਗਤਾਂ ਤਾਨ ਤੇਰਾ। ਗੁਰੂ ਕੀ ਸੰਗਤ, ਦਾਸ ਅਰਜ ਕਰ ਰਿਹਾ ਸੀ ਗੁਰੂ ਕੀ ਸੰਗਤ, ਸਿੱਖ ਨੇ ਗੁਰੂ ਨਾਲ ਜੁੜਨਾ ਹੈ। ਗੁਰ ਮੇਰੀ ਪੂਜਾ ਗੁਰ ਗੋਬਿੰਦ। ਮਾਫ ਕਰਨਾ ਖਾਲਸਾ ਜੀ, ਸਤਸੰਗ ਮਹਾਂਪੁਰਖ ਬਾਬਾ ਨੰਦ ਸਿੰਘ ਜੀ ਲੱਗੇ ਕਹਿਣ ਸੇਵਾਦਾਰ ਨੂੰ, ਅਸੀਂ ਤੇ ਗੁਰੂ ਨਾਨਕ ਸਾਹਿਬ ਨੂੰ ਕੀਰਤਨ ਸੁਣਾ ਰਹੇ ਸੀ। ਮਸਤ ਹੋਣੇ ਮਹਾਂਪੁਰਖ, ਅੰਗਰੇਜ਼ ਦਾ ਰਾਜ ਸੀ, ਕਹਿ ਦਿਓ ਅੰਗਰੇਜ਼ ਦਾ ਰਾਜ। ਮਹਾਰਾਜਾ ਸ਼ੇਰੇ ਪੰਜਾਬ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਨਾ ਸਿੱਖਾਂ ਦੀ ਗਿਣਤੀ 8 ਲੱਖ ਦੀ ਰਹਿ ਗਈ ਸੀ। ਅੰਗਰੇਜ਼ ਗੌਰਮੈਂਟ ਦੇ CID ਡਿਪਾਰਟਮੈਂਟ ਦੀ ਰਿਪੋਰਟ ਸੀ ਕਿ ਜਿਸ ਤਰੀਕੇ ਨਾਲ ਸਿੱਖ ਨਾ ਮਾਫ ਕਰਨਾ ਸਿੱਖੀ ਤੋਂ ਪਤਿਤ ਹੁੰਦੇ ਜਾਂਦੇ ਨੇ, ਦੂਰ ਹੁੰਦੇ ਜਾਂਦੇ ਨੇ। ਜੇਕਰ ਸਿੱਖਾਂ ਦੀ ਇਹੀ ਹਾਲਤ ਰਹੀ, ਇਸੇ ਤਰ੍ਹਾਂ ਸਿੱਖ ਸਿੱਖੀ ਤੋਂ ਦੂਰ ਹੁੰਦੇ ਰਹੇ, ਸੰਨ 1900 ਤੱਕ ਦੁਨੀਆਂ ਦੇ ਇਤਿਹਾਸ ਵਿੱਚ ਸਿੱਖਾਂ ਦੀ ਗਿਣਤੀ 0% ਹੋਵੇਗੀ। ਮਾਫ ਕਰਨਾ ਖਾਲਸਾ ਜੀ, ਜਿਹੜੇ ਘਰ ਵਿੱਚ ਰੋਜ਼ ਦੇ ਰੋਜ਼ ਝਾੜੂ ਨਹੀਂ ਫਿਰਨਾ, ਉੱਥੇ ਗੰਦੀ ਫਿਰਨ ਵਰਗੀ ਹੋਣਾ। ਜਿਹੜੇ ਕੱਪੜੇ ਨੂੰ ਦੂਜੇ ਤੀਜੇ ਦਿਨ ਸਾਬਣ ਨਹੀਂ ਲੱਗਣਾ, ਉਹਦੇ ਵਿੱਚ ਮੈਲ ਭਰਨੀ, ਗੁਰੂ ਕੀ ਸੰਗਤ ਹੋਰ ਕੀ ਹੋਣਾ। ਮਾਫ ਕਰਨਾ ਗੁਰੂ ਪਿਆਰਿਓ, ਤੇ ਜਿਸ ਧਰਮ ਦਾ ਪ੍ਰਚਾਰ ਨਹੀਂ ਹੋਣਾ, ਉਸ ਧਰਮ ਨੇ ਖਤਮ ਹੀ ਹੋਣਾ, ਹੋਰ ਕੀ ਹੋਣਾ। ਖਾਲਸਾ ਜੀ, ਮਾਫ ਕਰਨਾ ਉਦੋਂ ਤੁਰੇ ਸਨ ਮਸਤ ਹੋਣ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ, ਮਸਤ ਹੋਣੇ ਬਾਬਾ ਜੀ ਖੰਡੇ ਪਾਟੇ ਫੜ ਕੇ। ਖਾਲਸਾ ਜੀ, ਇੰਨੀ ਤਪੱਸਿਆ ਸੀ ਮਸਤੂ ਵਾਲਾ, ਸੰਗਰੂਰ ਜ਼ਿਲ੍ਹੇ ਦੀਆਂ ਜੜ੍ਹਾਂ 'ਚ ਪੈਂਦਾ। ਸ਼੍ਰੀ ਜਾਪ ਸਾਹਿਬ ਸ਼ਬਦ ਆਉਂਦਾ, ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰਿੰਗ ਕਰਿੰਗ ਨਿਰਨਾਮੇ ਅਕਾਮੇ। ਇਹ ਸਿੱਧੀ ਗੱਲ ਹੈ, ਕਈ ਕਹਿੰਦੇ ਨੇ ਰੱਬ ਕਿੰਨਾ ਕਿੰਨਾ ਕੁ ਜਾਪ ਕਰਿਆ ਮਿਲਦਾ। ਕਹਿ ਦਿਓ ਵਾਹਿਗੁਰੂ, ਜੇ ਬੇਅੰਤ ਨੂੰ ਮਿਲਣਾ ਤੇ ਬੇਅੰਤ ਜਾਪ ਕਰਨਾ ਪਏਗਾ। ਸਿੱਧੀ ਜੀ ਗੱਲ, ਮਿਲਣਾ ਬੇਅੰਤ ਨੂੰ। ਜਿੱਡੀ ਵੱਡੀ ਚੀਜ਼ ਖਰੀਦਣੀ ਹੋਵੇ, ਜਿੱਡਾ ਵੱਡਾ ਬਿਜ਼ਨਸ ਸ਼ੁਰੂ ਕਰਨਾ ਹੋਵੇ, ਮਾਫ ਕਰਨਾ
ਫਿਰ ਓਨੀ ਵੱਡੀ ਰਕਮ ਵੀ ਅਦਾ ਕਰਨੀ ਪੈਂਦੀ ਹੈ, ਜਿੰਨੇ ਵੱਡੇ ਮਾਲਕ ਨੂੰ ਮਿਲਣਾ ਫਿਰ ਓਨਾ ਵੱਡਾ ਸਿਮਰਨ ਵੀ ਕਰਨਾ ਪੈਣਾ। ਕਹਿੰਦੇ ਵਾਹਿਗੁਰੂ ਉਸ ਜਿਸਮ ਜਿੰਨਾ ਵੱਡਾ ਮਾਲਕ ਹੈ ਉਹ ਬੇਅੰਤ ਹੈ, ਬੇਅੰਤ ਨੂੰ ਮਿਲਣਾ ਤਾਂ ਬੇਅੰਤ ਭਜਨ ਕਰਨਾ ਪਏਗਾ, ਬੇਅੰਤ ਨੂੰ ਬੇਅੰਤ ਤਦੇ ਤੇ ਕਿਹਾ ਨਾ, ਸਾਸ ਸਾਸ ਸਿਮਰੋ ਗੋਬਿੰਦ। ਮਨ ਅੰਤਰ ਕੀ, ਮਨ ਅੰਤਰ ਕੀ, ਮਨ ਅੰਤਰ ਕੀ ਉਤਰੈ ਚਿੰਤ, ਮਾਫ ਕਰਨਾ ਐਸਾ ਵੀ ਦੱਸਿਆ, ਦਮ ਦਮ ਨਾਮ ਸਮਾਲ ਦਾ ਨਾ ਦਮ ਨਾ ਫਿਰ ਥਾ ਜਾਏ, ਕਿਉਂਕਿ ਬੇਅੰਤ ਨੂੰ ਮਿਲਣਾ। ਕਹਿੰਦੇ ਵਾਹਿਗੁਰੂ ਕਿਉਂਕਿ ਬੇਅੰਤ ਨੂੰ ਮਿਲਣਾ, ਬੇਅੰਤ ਨੂੰ। ਦਾਸ ਅਰਜ ਕਰ ਰਿਹਾ ਸੀ, ਖਾਲਸਾ ਜੀ ਇਸ ਸ਼ਬਦ ਦਾ ਜਾਪ ਕਰਦੇ ਕਰਦੇ ਮਸਤੂੜੇ ਮਹਾਂਪੁਰਖ ਖਾਲਸਾ ਦੀ ਮਸਤੂ ਵਾਲਾ ਸੰਗਰੂਰ ਦੀ ਧਰਤੀ ਚ ਨਾ ਇੱਕ ਇੱਕ ਕਦਮ ਤੇ ਜਾਪ ਕਰਦੇ ਕਰਦੇ ਸੱਚਖੰਡ ਪਹੁੰਚੇ ਸਨ। ਹਜ਼ੂਰ ਸਾਹਿਬ ਸੱਚਖੰਡ ਹਜ਼ੂਰ ਸਾਹਿਬ ਪਹੁੰਚੇ ਸਨ। ਇੱਕ ਸਮੇਂ ਮਹਾਂਪੁਰਖ ਨਾ ਖਾਲਸਾ ਜੀ ਧਾਰ ਆਪਾਂ ਚਾਤੀ ਮਾਰ ਕੇ ਦੇ ਲਈ ਵੀ ਆਪਣਾ ਗੁਰੂ ਗ੍ਰੰਥ ਸਾਹਿਬ ਦਾ ਕਿੰਨਾ ਪਿਆਰ ਹੈ। ਕਹਿ ਦਿਓ ਬਾਈ ਇੱਕ ਵਾਰੀ ਮਹਾਂਪੁਰਖਾਂ ਨੇ ਨਾ ਗੁਰੂ ਕੀ ਸੰਗਤ ਵਿੱਚ ਧਾਰਨਾ ਪੜ੍ਹਨੀ ਸ਼ੁਰੂ ਕੀਤੀ, ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੇਕ ਨਾ ਆਨਾ। ਮਾਫ ਕਰਨਾ ਪੜ੍ਹ ਕੇ ਨਾ ਜਪੋ ਖਾਲਸਾ ਜੀ ਜਾਗ ਦੀ ਜੋਤ ਨੂੰ, ਮਹਾਂਪੁਰਖਾਂ ਨੇ ਧਾਰਨਾ ਸ਼ੁਰੂ ਕੀਤੀ ਜਪੋ ਖਾਲਸਾ ਜੀ ਜਾਗ ਦੀ ਜੋਤ ਨੂੰ, ਜਪੋ ਖਾਲਸਾ ਜੀ ਜਾਗ ਦੀ। ਕਰਦੇ ਕਰਦੇ ਖਾਲਸਾ ਜੀ 30 ਘੰਟੇ ਹੋ ਗਏ ਇੱਕੋ ਜਾ ਇੱਕੋ ਧਾਰਨਾ। ਵੱਡੇ 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 ਮਾਫ ਕਰਨਾ ਆਪਾਂ ਕੋਈ ਦਿਖਾਵਾ ਨਹੀਂ, ਮੇਰੇ ਮਾਤੋ ਜੀ ਸੰਤ ਸੰਗਤ ਮਿਲੇ ਸੋ ਤਰਿਆ। ਜਦੋਂ ਅਕਾਲ ਉਸ ਤੋਂ ਉਚਾਰਨ ਦੀ ਬਾਣੀ ਉਚਾਰਨ ਕੀਤੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਅਸੀਂ ਬਹੁਤ ਘੱਟ ਲੋਕ ਹਾਂ ਜਿਹੜੇ ਸਾਧ ਮਾਫ਼ ਕਰਨਾ ਕਿ ਨੇਤਰ ਦੀਆਂ ਬਾਣੀਆਂ ਤੋਂ ਬਗੈਰ ਗੁਰੂ ਸਾਹਿਬ ਦੇ ਦਸਮ ਗ੍ਰੰਥੀ ਬਾਣੀ ਪੜ੍ਹਦੇ ਹਾਂ। ਕਹਿੰਦੇ ਵਾਹਿਗੁਰੂ ਮਾਫ਼ ਕਰਨਾ ਬਾਣੀ ਉਚਾਰਨ ਕਰਦੇ ਕਰਦੇ ਨਾ ਗੁਰੂ ਸਾਹਿਬ ਬਾਣੀ ਉਚਾਰਨ ਕਰਦੇ ਕਰਦੇ ਕੋਲ ਲਖਾਰੀ ਸਿੰਘ ਬੈਠਾ ਸੀ, ਮਹਾਰਾਜ ਬਾਣੀ ਉਚਾਰਨ ਕਰੀ ਜਾਂਦੇ ਸੀ, ਸਿੱਖ ਲਿਖੀ ਜਾਂਦਾ ਸੀ, ਉਚਾਰਨ ਕਰੀ ਲਿਖੀ ਜਾਂਦਾ ਸੀ, ਸਿੱਖ ਮਹਾਰਾਜ ਬਾਣੀ ਕਰਦੇ ਕਰਦੇ ਨਾ ਜਿਮੀ ਤੂੰ ਜਮਾਂ ਤੂੰ ਵਿਸ਼ ਤੂੰ ਪੱਤ ਸੂਈ ਚਲੇ ਤੂੰ ਥਲੇ ਤੂੰ, ਮਾਫ਼ ਕਰਨਾ ਕਿ ਜ਼ਮੀਨ 'ਚ ਵੀ ਤੂੰ ਹੈ, ਆਕਾਸ਼ ਵੀ ਤੂੰ ਹੈ, ਧਰਤੀ 'ਚ ਵੀ ਹੈ, ਜਲ ਵਿੱਚ ਵੀ ਹੈ, ਥਲ ਵੀ ਹੈ। ਕਰਦੇ 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 ਨਾ ਮਹਾਰਾਜ ਦੇ ਦਿਲ ਕੋ ਨਹੀਂ ਮਤ ਕੋਈ ਦੂਸਰਾ ਹੈ ਹੀ ਨਹੀਂ, ਮਾਫ਼ ਕਰਨਾ ਕਰਦੇ ਕਰਦੇ ਏਕ ਤੂੰ ਹੀ ਏਕ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਕਿਆ ਬਾਤ ਹੈ ਖਾਲਸਾ ਜੀ, ਤੂੰ ਹੀ ਤੂੰ ਹੀ ਕਰਦੇ ਕਰਦੇ। ਗੁਰੂ ਗੋਬਿੰਦ ਸਿੰਘ ਦਾ ਪ੍ਰੇਮ ਸੀ ਵਾਹਿਗੁਰੂ ਨਾਲ, ਕਹਿੰਦੇ ਵਾਹਿਗੁਰੂ ਐਵੇਂ ਨਹੀਂ ਮਾਫ਼ ਕਰਨਾ ਖੰਡੇ ਖੜਕੇ ਖਾਲਸਾ ਜੀ, ਐ ਮਾਫ਼ ਕਰਨਾ ਜਿੱਥੇ ਭਗਤੀ ਹੈ ਉੱਥੇ ਸ਼ਕਤੀ ਹੈ। ਐ ਅੱਜ ਆਪਾਂ ਸਵੇਰੇ ਉੱਠਦੇ ਬਾਅਦ ਚ ਨਿਤਨ ਬਾਅਦ ਕਰਨਾ, ਪਹਿਲਾਂ ਕਹਿਣਾ ਜੀ ਇੰਜ ਕਰੋ ਜੀ ਘੁੱਟ ਕੇ ਚਾਹ ਕਰ ਲਓ। ਕਹਿ ਦਿਓ ਵਾਹਿਗੁਰੂ, ਕਹਿੰਦੇ ਵਾਹਿਗੁਰੂ ਹਾਂ ਮਾਫ਼ ਕਰਨਾ ਘੁੱਟ ਕੇ ਚਾਹ ਕਰ ਲਓ ਜੀ, ਮਾਫ਼ ਕਰਨਾ ਫਿਰ ਨਿਤਨੇਮ ਕਰਦੇ ਫਿਰ ਨਿਤਨ ਕਰਦੇ ਹਾਂ। ਕਹਿ ਦਿਓ ਵਾਹਿਗੁਰੂ ਫਿਰ ਫਿਰ। ਪਰ ਮਹਾਰਾਜ ਪਤਾ ਕੀ ਕਹਿੰਦੇ ਦਸੇ ਪਾਤਸ਼ਾਹ, ਬਿਨ ਜਪ ਜਾਪ ਜੋ ਜੇਲਾ ਪ੍ਰਸਾਦ, ਕਹਿੰਦੇ ਨੇ ਬਿਨਾਂ ਪ੍ਰਸ਼ਾਦ ਮਾਫ਼ ਕਰਨਾ ਨਿਤਨੇਮ ਕਰਨ ਤੋਂ ਬਿਨਾਂ ਨਾ ਜਿਹੜਾ ਸਿੱਖ ਮਾਫ਼ ਕਰਨਾ, ਮਹਾਰਾਜ ਕਹਿੰਦੇ ਨੇ ਜਿਹੜਾ ਸਿੱਖ ਨਾ ਮਹਾਰਾਜ ਕਹਿੰਦੇ ਨੇ ਕਿ ਸਾਧ ਜੀ ਜੇ ਬਿਨਾਂ ਜਾਪ ਕਰਨ ਤੋਂ ਬਿਨਾਂ ਜਿਹੜਾ ਸਿੱਖ ਕਹਿੰਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਖਾਂਦਾ ਪੀਂਦਾ ਨਾ ਮਾਫ਼ ਕਰਨਾ, ਸੇ ਫਿਰ ਬਿਸ਼ਟਾ ਤਾਂ ਕਿਰਮ ਹੋਇਆ ਉਤਰਾ ਜਨਮ ਕੋ ਬਾਬਾ ਪਾਤ, ਉਹਦਾ ਜਨਮ ਬਿਰਥਾ ਚਲਾ ਜਾਂਦਾ। ਹੋਰ ਸੰਤਾਂ ਦੀ ਸੰਗਤ 'ਚ ਮਿਲਦਾ ਕੀ ਹੈ। ਮਹਾਂਪੁਰਖ ਲਾੜਿਆਂ ਨੇ ਕਿਹਾ ਕਰਦੇ ਸੀ ਕਿ ਜੇ ਤੁਸੀਂ ਸਵੇਰੇ ਇਸ਼ਨਾਨ ਕਰਨ ਤੋਂ ਬਿਨਾਂ ਨਾ ਮਾਫ਼ ਕਰਨਾ, ਤੁਸੀਂ ਸਮਝ ਲਓ ਵੀ ਇੱਕ ਪਾਣੀ ਦਾ ਗਲਾਸ ਪੀ ਰਹੇ, ਪਾਣੀ ਦਾ ਗਲਾਸ ਨਾ ਪੀ ਕੇ ਤੁਸੀਂ ਖੂਨ ਦਾ ਗਲਾਸ ਪੀ ਰਹੇ। ਤੇ ਜੇ ਤੁਸੀਂ ਮਾਫ਼ ਕਰਨਾ ਅੰਮ੍ਰਿਤ ਵੇਲੇ ਨਿਤਨੇਮ ਕਰਨ ਤੋਂ ਬਿਨਾਂ ਨਾ ਜੇ ਤੁਸੀਂ ਮਾਫ਼ ਕਰਨਾ ਖਾਲਸਾ ਜੀ ਨਿਤਨੇਮ ਕਰਨ ਤੋਂ ਬਿਨਾਂ ਭੋਜਨ ਖਾਂਦੇ ਹੋ ਖਾਣਾ ਖਾਂਦੇ ਹੋ। ਮਹਾਂਪੁਰਖ ਕਿਆ ਕਰਦੇ ਸੰਸਾਰ ਖਾਣਾ ਨਹੀਂ ਖਾ ਰਿਹਾ, ਸਮਝ ਲਓ ਕੁਝ ਹੋਰ ਹੀ ਖਾ ਰਿਹਾ।
ਭਾਗਾਂ ਵਾਲਿਓ ਸੰਗਤ ਵਿੱਚ ਆ ਕੇ ਜੀਵਨ ਦੀ ਸੁਰਜੀ ਪੈਂਦੀ। ਦਾਸ ਅਰਜ ਕਰ ਰਿਹਾ ਸੀ ਗੁਰੂ ਸਾਹਿਬ ਨਾਲ, ਮਾਫ ਕਰਨਾ ਕਰਦੇ 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 ਤੂੰ ਹੀ ਕਰਦੇ 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 ਖਾਲਸਾ ਜੀ 16 ਮਣ ਕਾਗਜ਼ ਭਰ ਗਿਆ। 16 ਮਣ ਆ 16 ਵਾਰੀ ਆਉਂਦਾ ਹੁਣ ਨੀ ਕਦੇ ਜਾ ਅਕਾਲ ਉਸਤ ਦੀ ਬਾਣੀ ਪੜ੍ਹਨਾ, ਕਹਿੰਦੇ 16 ਮਣ ਕਾਗਜ਼ ਭਰ ਗਿਆ ਤੇ ਗੁਰੂ ਕੀ ਸੰਗਤ ਹਜ਼ੂਰ ਦੇ ਖੁੱਲੇ ਨਾ ਨੇਤਰ। ਤੇ ਸਿੱਖ ਨੂੰ ਕਹਿੰਦੇ ਨੇ ਸਿੱਖਾਂ ਕਿੱਥੇ ਸੀ, ਆਪਾਂ ਕਿੱਥੇ ਸੀ? ਕਹਿੰਦੇ ਵਾਹਿਗੁਰੂ। ਰਵਿਦਾਸ ਨੇ ਦੱਸਿਆ ਕਿ ਬੇਗਮਪੁਰਾ ਸ਼ਹਿਰ ਕੋ ਨਾ, ਕਹਿੰਦਾ ਮੈਂ ਉਸ ਸ਼ਹਿਰ ਦਾ ਵਾਸੀ ਹਾਂ ਜਿੱਥੇ ਗਮ ਨਾਂ ਦੀ ਕੋਈ ਚੀਜ਼, ਜਿੱਥੇ ਦੁੱਖ ਨਾਂ ਦੀ ਕੋਈ ਚੀਜ਼ ਨਹੀਂ, ਮੈਂ ਉਸ ਦੇਸ਼ ਦਾ ਵਾਸੀ ਹਾਂ, ਉਸ ਦੇਸ਼ ਦਾ ਵਾਸੀ। ਪਰ ਭਾਗਾਂ ਵਾਲਿਓ ਕਹਿੰਦੇ ਨੇ ਕਿ ਗੁਰੂ ਕੀ ਸੰਗਤ ਮਰ ਲੱਗਣਾ, ਸਿੱਖਾ ਮਾਫ ਕਰਨਾ ਆਪਾਂ ਕਿੱਥੇ ਸੀ? ਆਖੇ ਮਹਾਰਾਜ ਤਾਂ 16 ਮਣ ਕਾਗਜ਼ ਭਰ ਗਿਆ ਤੂੰ ਹੀ ਨਾਲ। ਗੁਰੂ ਸਾਹਿਬ ਕਹਿੰਦੇ ਅੱਛਾ, 10ਵੇਂ ਪਾਤਸ਼ਾਹ ਨੇ ਆਖਿਆ ਭਾਵੇਂ 16 ਮਣ ਕਾਗਜ਼ ਭਰ ਗਿਆ ਪਰ ਸਿੱਖਾ ਇੰਜ ਕਰ, 16 ਵਾਰੀ ਰਹਿਣ ਦੇ, 16 ਵਾਰੀ ਰਹਿਣ ਦੇ। ਪਰ ਜਿਹੜਾ ਸਿੱਖ, ਜਦੋਂ ਵੀ ਕੋਈ ਸਿੱਖ ਨਾ ਅਕਾਲ ਉਸਤ ਦੀ ਬਾਣੀ ਦਾ ਪਾਠ ਕਰਿਆ ਕਰੇਗਾ, ਭਾਵੇਂ 16 ਵਾਰੀ ਕਿਹਾ ਕਰੇਗਾ, ਪਰ ਉਹਨੂੰ ਫਲ ਇੰਨਾ ਹੀ ਮਿਲੇਗਾ ਜਿੰਨੀ ਵਾਰੀ ਇਹ ਕਾਗਜ਼ਾਂ ਦੇ ਰਹੇ ਹੈ। ਮਾਫ ਕਰਨਾ ਐਵੇਂ ਥੋੜ੍ਹਾ ਕਿਹਾ, ਬੇਅੰਤ ਦਾ ਅੰਤ ਮਾਫ ਕਰਨਾ। ਗੁਰੂ ਕੀ ਸੰਗਤ ਦਾਸ ਅਰਜ ਕਰ ਰਿਹਾ ਸੀ ਗੁਰੂ ਕੀ ਸੰਗਤ, ਇਹਨੇ ਕਿਸੇ ਨੂੰ ਸੁਣਾਉਣ ਵਾਸਤੇ ਨਾ, ਸੁਣਾਉਣ ਵਾਸਤੇ, ਸੁਣਾਉਣਾ ਤੇ ਆਪਣੇ ਆਪ ਨੂੰ ਹੀ ਹੈ, ਆਪਣੇ ਆਪ ਨੂੰ ਸੁਣਾਉਣਾ। ਬਲ ਪੇਖਿਆ ਕੀੜੀ ਤੋਂ ਲਾ ਕੇ ਬਰਮਾ ਤੱਕ, ਜੋ ਜੋ ਦਿਸੈ ਤੋ ਸੋਤੇ ਰਾਤ ਉੱਪਰ। ਆਪਾਂ ਤਾਂ ਕਹਿ ਦਿੰਦੇ ਜੋ ਦਿਸੈ ਸੋ, ਦਿਖਦਾ ਕਿਤੇ ਵੱਡੇ ਬੰਦੇ ਪਰ ਦਿਖਦਾ। ਇੱਕ ਸਿੱਖ ਨੇ ਪਿਆਰ ਕੀਤਾ ਸੀ ਵੱਡੇ ਬੰਦੇ, ਉਸ ਸਿੱਖ ਦਾ ਵਾਰ ਵਾਰ ਜ਼ਿਕਰ ਕੀਤਾ ਜਾਂਦਾ। ਉਹ ਕਿਹੜਾ ਸਿੱਖ? ਭਾਈ ਘਨੱਈਆ। ਉਹਦੀ ਦ੍ਰਿਸ਼ਟੀ ਵਿੱਚ ਮਾਫ ਕਰਨਾ ਨਾ ਆਪਣਾ ਰਿਹਾ, ਨਾ ਬਗਾਨਾ ਰਿਹਾ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬੜ ਆਈ। ਦਾਸ ਕਾਲ ਇੱਕ ਕੀਰਤਨ ਬੋਲਿਆ ਸੀ 5ਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਤੇ, ਮਾਫ ਕਰਨ ਤਹਿਤ ਲੋਕ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ, ਅਸੀਂ ਠੰਡੇ ਜਲ ਦੀਆਂ ਛਬੀਲਾਂ, ਕਿਤੇ ਮਿੱਠੇ ਜਲ ਦੀਆਂ ਛਬੀਲਾਂ, ਅੱਜ ਕੱਲ੍ਹ ਦੁੱਧ ਸੋਢੇ ਪਿਲਾਉਣੇ ਸ਼ੁਰੂ ਕਰ ਦਿੱਤੇ ਨੇ, ਕੋਕ ਵੀ ਲਿਮਕੇ ਵੀ। ਮੇਰੇ ਕਹਿਣ ਦਾ ਮਤਲਬ ਕੀ, ਜੋ ਨਹੀਂ ਉਹ ਵੀ ਅਸੀਂ ਕਰਨਾ ਸ਼ੁਰੂ ਕਰ ਦਿੱਤਾ। ਹਿੰਦੂ ਮਤ ਵਾਲੇ ਭਰਾ ਇਕਾਦਸ਼ੀ ਦੇ ਦਿਨ ਤੇ ਮਿੱਠੇ ਜਲ ਦੀਆਂ ਛਬੀਲਾਂ ਲਾਉਂਦੇ ਨੇ। ਦਾਸ ਅਰਜ ਕਰ ਰਿਹਾ ਸੀ ਮਾਫ ਕਰਨਾ ਇੱਕ ਕੀਰਤਨ ਦੇ ਵਿੱਚ, ਭਾਗਾਂ ਵਾਲਿਓ ਅਸੀਂ ਜੋ ਦਾਨ ਪੁੰਨ ਕਰਦੇ ਹਾਂ ਸਾਡਾ ਸਫਲ ਹੈ, ਇਹ ਤਾਂ ਮੰਨਦੇ ਹਾਂ, ਸਾਡੀ ਸੇਵਾ ਸਫਲੀ ਹੈ, ਮਾਫ ਕਰਨ ਦਾਨ ਪੁੰਨ ਸਫਲ ਹੈ। ਪਰ ਸਾਡੀਆਂ ਲਾਈਆਂ ਮਿੱਠੀਆਂ ਛਬੀਲਾਂ ਦਾ ਕਿਸੇ ਨੇ ਨਾਂ ਨਹੀਂ ਲੈਣਾ, ਸਾਡੇ ਕਿਸੇ ਨੇ ਦੁੱਧ ਸੋਢੇ ਦਾ ਨਾਂ ਨਹੀਂ ਲੈਣਾ। ਮਾਫ ਕਰਨਾ ਕਿਸੇ ਸਾਡੇ ਪਲਾਏ ਕੋਕ ਦਾ ਕਿਸੇ ਨੇ ਨਾਂ ਨਹੀਂ ਲੈਣਾ, ਪਰ ਭਾਈ ਘਨੱਈਏ ਦੇ ਪਲਾਏ ਫਿੱਕੇ ਜਲ ਦਾ ਕਦੇ ਨਾਂ ਨਹੀਂ ਜਾਣਾ, ਉਹਦੇ ਪਲਾਏ ਫਿੱਕੇ ਜਲ ਦਾ ਕਦੇ ਨਾਂ ਨਹੀਂ ਜਾਣਾ। ਐਸਾ ਕਿਉਂ? ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਮਾਫ ਕਰਨਾ ਖਾਲਸਾ ਜੀ, ਸਿੱਖਾਂ ਨੇ ਸ਼ਿਕਾਇਤ ਕੀਤੀ ਸੀ ਭਾਈ ਘਨੱਈਆ ਜੀ ਦੀ, ਕਲਗੀ ਤਰਪਾਤਸ਼ਾਹ ਦੇ ਚਰਨਾਂ ਦੇ ਵਿੱਚ ਇਸ਼ਾਰੇ ਮਾਤਰ ਵਿਚਾਰ ਕਰ ਚੱਲ ਰਹੀ ਹੈ, ਮਾਫ ਕਰਨਾ। ਆਖਿਆ ਸੀ ਮਹਾਰਾਜ ਕਮਾਲ ਦੀ ਗੱਲ, ਆਖਿਆ ਸੀ ਭਾਈ ਘਨੱਈਆ ਜੀ ਨੂੰ ਵੀ, ਕਹਿੰਦੇ ਤੂੰ ਫੜ ਕੇ ਘਨੱਈਆ ਤੇਰੀ ਮੱਤ ਮਾਰੀ ਗਈ, ਤੇਰੀ ਮੱਤ ਮਾਰੀ ਗਈ। ਗਿਆਨ ਧਿਆਨ ਕਿਸ਼ ਕਰਮ ਨਾ ਜਾਣ, ਮੈਨੂੰ ਗਿਆਨ ਵੀ ਨਹੀਂ ਆਉਂਦਾ, ਕਹਿ ਦਿਓ ਵਾਹਿਗੁਰੂ।
ਮੈਨੂੰ ਤੇਰੇ ਤੇਰੇ ਘਰ ਦਾ ਗਿਆਨ ਵੀ ਨਹੀਂ ਆਉਂਦਾ, ਧਿਆਨ ਕਿਵੇਂ ਟਿਕਾਉਣਾ? ਮਾਫ ਕਰਨਾ, ਮੈਨੂੰ ਧਿਆਨ ਵੀ ਟਿਕਾਉਣਾ ਨਹੀਂ ਆਉਂਦਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਮੇਰੇ ਕਰਮ ਵੀ ਚੰਗੇ ਨਹੀਂ, ਕਹਿ ਦਿਓ ਵਾਹਿਗੁਰੂ। ਤੇ ਜਦੋਂ ਕਰਮ ਵੀ ਚੰਗੇ ਨਹੀਂ, ਮੈਨੂੰ ਗਿਆਨ ਵੀ ਨਹੀਂ ਆਉਂਦਾ, ਧਿਆਨ ਵੀ ਨਹੀਂ ਆਉਂਦਾ, ਫਿਰ ਮੈਂ ਤੇਰੀ ਸਾਰ ਕਿਵੇਂ ਜਾਣ ਸਕਦਾ? ਕਹਿ ਦਿਓ ਵਾਹਿਗੁਰੂ। ਸਾਰ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਆਖਿਆ ਭਾਈ ਕਨਈਆ ਮੱਤ ਮਾਰੇਗੀ, ਡਿਊਟੀ ਤਾਂ ਤੇਰੀ ਲਾਈ ਸੀ ਸਿੱਖਾਂ ਨੇ। ਆਖਿਆ ਮਾਫ ਕਰਨਾ, ਜ਼ਖਮੀ ਹੋਏ, ਜ਼ਖਮੀ ਹੋਏ ਸਿੱਖਾਂ ਨੂੰ ਪਾਣੀ ਪਿਲਾਉਣ ਦੀ, ਤੂੰ ਤੁਰਕਾਂ ਨੂੰ ਵੀ ਪਾਣੀ ਪਿਲਾਈ ਜਾ ਰਹੇ, ਆਹਾ ਮਾਫ ਕਰਨਾ ਭਾਈ ਕਨਈਆ ਹੈ। ਜੇ ਸ਼ਿਕਾਇਤ ਗੁਰੂ ਸਾਹਿਬ ਦੇ ਪਾਸ ਲਾਈ ਸਿੱਖਾਂ ਨੇ, ਗੁਰੂ ਸਾਹਿਬ ਨੇ ਬੁਲਾਓ ਭਾਈ ਕਨਈਆ ਜੀ ਨੂੰ, ਬੁਲਾਇਆ ਗਿਆ। ਮਾਫ ਕਰਨਾ, ਇਹ ਦ੍ਰਿਸ਼ਟੀ ਹੈ ਬ੍ਰਹਮ ਗਿਆਨੀ ਦੀ, ਮਾਫ ਕਰਨਾ ਗੁਰੂ ਕੀ ਸਮੇਂ ਜਬ ਬੁਲਾਇਆ ਗਿਆ। ਪਾਤਸ਼ਾਹ ਕਹਿੰਦੇ ਨੇ ਕਨਈਆ ਭਾਈ ਤੇਰੀ ਵੀ ਸ਼ਿਕਾਇਤ ਆਈ ਹੈ। ਆਖੇ ਮਹਾਰਾਜ ਹੁਕਮ ਕਰੋ। ਕਨਈਆ ਡਿਊਟੀ ਤੇ ਤੇਰੀ ਲਾਈ ਸੀ ਜ਼ਖਮੀ ਹੋਏ ਸਿੱਖਾਂ ਨੂੰ ਪਾਣੀ ਪਿਲਾਉਣ ਦੀ, ਤੂੰ ਤਾਂ ਤੁਰਕਾਂ ਨੂੰ ਪਾਣੀ ਪਿਲਾਈ ਜਾ ਰਿਹਾ, ਇਹ ਕੀ ਕਰ ਰਿਹਾ? ਭਾਈ ਕਨਈਆ ਕਹਿੰਦਾ ਮਹਾਰਾਜ ਮੇਰੀਆਂ ਅੱਖਾਂ ਵੱਲ ਵੇਖੋ, ਮੇਰੀਆਂ ਅੱਖਾਂ ਨੂੰ ਪਤਾ ਨੀ ਕੀ ਹੋ ਗਿਆ, ਮੇਰੀਆਂ ਅੱਖਾਂ ਨੂੰ ਪਤਾ ਨੀ ਕੀ ਹੋ ਗਿਆ। ਮਾਫ ਕਰਨਾ ਮਹਾਰਾਜ, ਮੇਰੀਆਂ ਅੱਖਾਂ ਵਿੱਚ ਮੈਨੂੰ ਲੱਗਦਾ ਕੋਈ ਫਰਕ ਪੈ ਗਿਆ। ਗਰੀਬ ਨਮਾਜ ਮੇਰੀਆਂ ਅੱਖਾਂ ਵੇਖੋ। ਗੁਰਦੇਵ ਕਹਿੰਦੇ ਨੇ ਕਨਈਆ ਕੀ ਹੋ ਗਿਆ, ਕੀ ਹੋ ਗਿਆ ਤੇਰੀਆਂ ਅੱਖਾਂ ਨੂੰ, ਕੀ ਹੋ ਗਿਆ? ਪਾਤਸ਼ਾਹ ਕਹਿੰਦੇ ਨੇ ਆਹ ਤੇਰੀ ਸ਼ਿਕਾਇਤ ਆਈ ਹੈ। ਆਖਿਆ ਕਰ ਗਈਆਂ ਮਾਲੇ ਆ, ਤਦੇ ਤੇ ਮੈਂ ਕਹਿੰਦਾ ਮੇਰੀਆਂ ਅੱਖਾਂ ਨੂੰ ਕੀ ਹੋ ਗਿਆ? ਗੁਰਦੇਵ ਲੱਗੇ ਕਹਿਣ ਤੁਰਕਾਂ ਨੂੰ ਪਾਣੀ ਪਿਲਾ ਰਹੇ ਹੈ। ਮਹਾਰਾਜ ਨਾ ਨਾ ਨਾ, ਗਰੀਬ ਨਵਾਜ ਤੇਰਾ ਦੱਸਿਆ ਤੈਨੂੰ ਕੀ ਦੱਸਾਂ, ਸਬਕ ਦੁਲੀ ਦਾ ਤੂੰ ਸਿਖਾਇਆ ਹੀ ਨਹੀਂ। ਆਪੇ ਤੇ ਕਹਿੰਦੇ ਹੋ ਨਾ, ਆਪੇ ਤੇ ਬਖਸ਼ਿਸ਼ ਕਰਦੇ ਹੋ। ਜਗਤ ਹਰ ਕਾ, ਇਹ ਜਗਤ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ ਬਾਜਾ ਮਾਲਿਆ। ਮੈਂ ਤੇ ਜਿੱਥੇ ਵੀ ਝਾਤੀ ਮਾਰਦਾ ਮੈਨੂੰ ਕਲਗੀਆਂ ਵਾਲਾ ਹੀ ਨਜ਼ਰ ਆਉਂਦਾ। ਮਾਫ ਕਰਨਾ, ਮਾਫ ਕਰਨਾ ਤੇਰਾ ਦੱਸਿਆ ਤੈਨੂੰ ਕੀ ਦੱਸਾਂ, ਸਬਕ ਦੂਈ ਦਾ ਤੂੰ ਸਿਖਾਇਆ ਹੀ ਨਹੀਂ। ਜਿੱਥੇ ਜਿੱਥੇ ਮੈਦਾਨੇ ਜੰਗ ਚ ਮੈਂ ਗਿਆ, ਇੱਕ ਤੂੰ ਹੀ ਨਜ਼ਰ ਆਇਆ, ਕੋਈ ਦੂਜਾ ਨਜ਼ਰ ਆਇਆ ਹੀ ਨਹੀਂ। ਸੱਚ ਪੁੱਛੇ ਤੇ ਦਿਲਾਂ ਦੇ ਜਾਨੀਆਂ ਹੋਏ, ਮੈਂ ਤੇ ਗੋਬਿੰਦ ਸਿੰਘ ਨੂੰ ਪਾਣੀ ਪਿਲਾਇਆ, ਕਿਸੇ ਹੋਰ ਨੂੰ ਪਾਣੀ ਪਿਲਾਇਆ ਹੀ ਨਹੀਂ। ਮਾਫ ਕਰਨਾ ਗਰੀਬ ਨਵਾਜ, ਗਰੀਬ ਨਵਾਜ ਮਾਫ ਕਰਨਾ, ਮੈਂ ਕਿਸੇ ਹੋਰ ਨੂੰ ਪਾਣੀ ਨਹੀਂ ਪਿਲਾਇਆ। ਗੁਰਦੇਵ ਨੇ ਬਾਂਹ ਤੋਂ ਫੜ ਕੇ ਕਾਨਾ ਲਾ ਲਿਆ। ਆਖਿਆ ਸਿੰਘੋ, ਭਾਈ ਕਨਈਏ ਨੂੰ ਸਿੱਖੀ ਦੀ ਸਮਝ ਆ ਗਈ ਹੈ, ਭਾਈ ਕਨਈਏ ਨੂੰ ਸਿੱਖੀ ਦੀ ਸਮਝ ਆ ਗਈ ਹੈ, ਸਮਝ ਪੈ ਗਈ ਹੈ। ਗੁਰਦੇਵ ਨੇ ਆਖਿਆ ਲੈ ਕਨਈਆ, ਜਿੱਥੇ ਜਲ ਛਕਾਉਂਦਾ ਇਹ ਮਰਮ ਤੇ ਪੱਟੀਆਂ ਫੜ ਇਹ ਵੀ ਲਾਈ ਜਾ। ਖਾਲਸਾ ਜੀ, ਮਾਫ ਕਰਨਾ ਬਰਮ ਪੇਖਿਆ, ਨਾਮ ਦੇ ਰੋਟੀਆਂ ਪਕਾਰਿਆ, ਇੱਕ ਕੁੱਤਾ ਆਇਆ। ਇਸ ਰੱਬ ਦੇ ਪਿਆਰੇ ਨੂੰ 72 ਵਾਰੀ ਪਰਮੇਸ਼ਰ ਦੇ ਪ੍ਰਤੱਖ ਦਰਸ਼ਨ ਹੋਏ ਨੇ। ਬੱਲੇ 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 ਕੁੱਤਾ ਆਇਆ ਤੇ ਰੋਟੀਆਂ ਚੱਕ ਕੇ ਦੌੜ ਪਿਆ। ਨਾਮ ਦੇਵ, ਮਾਫ ਕਰਨਾ, ਚੱਕ ਕੇ ਰੋਟੀ ਸਬਜ਼ੀ ਵਾਲਾ ਪਤੀਲਾ ਨਾ ਕੁੱਤੇ ਦੇ ਪਿੱਛੇ ਪਿੱਛੇ ਦੌੜ ਪਏ। ਆਖਿਆ ਮਹਾਰਾਜ ਤੁਸੀਂ ਤੇ ਮੇਰੇ ਪੀਠ ਲਓ, ਤੁਹਾਡਾ ਦਿੱਤਾ ਤੇ ਮੈਂ ਖਾਣਾ। ਮੇਰੇ ਘਰ ਸਾਡੇ ਵਰਗਾ ਹੁੰਦਾ ਨਾ, ਕੁੱਤੇ ਦੀਆਂ ਦੋ ਲੱਤਾਂ ਨੀ ਤੇ ਇੱਕ ਤੇ ਕਿਧਰੇ ਗਈ ਨੀ ਸੀ ਨਾ। ਬਰਮ ਪੇਖਿਆ, ਬਰਮ ਸੁਣੀ ਹੈ, ਬਰਮ ਮਾਫ ਕਰਨਾ ਗੁਰੂ ਕੀ ਸੰਗਤ, ਬਰਮ ਪੇਖਿਆ ਗੁਰੂ ਕੀ ਸੰਗਤ। ਸਾਧ ਸੰਗਤ ਜੀ ਕਹਿੰਦੇ ਨੇ ਕਿ ਚੱਕ ਕੇ ਸਬਜ਼ੀ ਵਾਲਾ ਪਤੀਲਾ ਕੁੱਤੇ ਦੇ ਪਿੱਛੇ ਪਿੱਛੇ ਦੌੜ ਪਏ। ਮਾਫ ਕਰਨਾ ਗੁਰੂ ਕੀ ਸੰਗਤ, ਥੋੜੀ ਦੂਰੀ ਤੇ ਜਾ ਕੇ ਭਗਵਾਨ ਪ੍ਰਗਟ ਹੋ ਕੇ ਬਹਿ ਗਿਆ। ਨਾਮ ਦੇਵ ਤਾਂ ਮੈਨੂੰ ਪਹਿਚਾਨ ਲਿਆ,
ਨਾ ਆਉਂਦੇ ਤਾਂ ਮੈਨੂੰ ਸਿਆਣ ਲਿਆ। ਮਾਫ ਕਰਨਾ ਗੁਰੂ ਕੀ ਸੰਗਤ, ਬਰਮ ਪੇਖੈ ਜੋ ਦੀਸੈ ਸੋ ਤੇਰਾ ਰੂਪ, ਜੋ ਦੀਸੈ ਸੋ ਤੇਰਾ ਰੂਪ। ਮਾਫ ਕਰਨਾ ਗੁਰੂ ਕੀ ਸੰਗਤ, ਬਰਮ ਪੇਖੈ ਬਰਮ ਸੁਣੀਐ। ਬਾਬਾ ਫਰੀਦ ਜੀ ਦੀ ਸਮਾਧੀ ਲੱਗੀ ਹੈ, ਬਾਣੀ ਹੈ ਬਾਣੀ, ਸਮਾਧੀ ਲੱਗੀ ਕਿਸੇ ਜੰਗਲ ਦੇ ਵਿੱਚ, ਸੂਰਜ ਨਿਕਲ ਚੁੱਕਾ ਹੈ, ਕੁਝ ਮਰੀਦ ਬੈਠੇ ਨੇ, ਅਸੀਂ ਸਿੱਖ ਕਹਿ ਦਿੰਦੇ ਹਾਂ, ਇਸਲਾਮੀ ਮਤ ਦੇ ਭਰਾ ਮਰੀਦ ਕਹਿੰਦੇ ਨੇ, ਮਰੀਦ ਮਾਫ ਕਰਨਾ ਕਹਿੰਦੇ ਨੇ, ਚਾਰ ਸ਼ੇਰੇ ਮਰੀਦ ਬੈਠੇ ਨੇ, ਜਾਨਵਰ ਆਪਣੀ ਬੋਲੀ ਚ ਬੋਲਦੇ ਨੇ, ਕਾਂ ਕਾਂ ਕਾਂ, ਚਿੜੀਆਂ ਚੀਂ ਚੀਂ ਕਰਦੀਆਂ ਨੇ, ਕਹਿੰਦੇ ਨੇ ਕਿ ਮਰੀਦ ਆਪਸ ਚ ਗੱਲਾਂ ਕਰਨ ਲੱਗ ਗਏ, ਫਰੀਦ ਜੀ ਬੈਠੇ ਨੇ, ਨਦ ਨਾ ਚੌਂਕੜਾ ਲੱਗਿਆ, ਤੇ ਸਾਧ ਸੰਗਤ ਜੀ ਮਾਫ ਕਰਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਉਹਨਾਂ ਸੰਤਾਂ ਭਗਤਾਂ ਦੀ ਬਾਣੀ ਦਰਜ ਹੈ ਜਿਹੜੇ ਨਾਮ ਜਪਦੇ ਜਪਦੇ ਪਰਮੇਸ਼ਰ ਦਾ ਰੂਪ ਬਣ ਚੁੱਕੇ ਸਨ। ਸੱਤ ਮੁਸਲਮਾਨ ਫਕੀਰਾਂ ਦੀ ਬਾਣੀ ਦਰਜ ਗੁਰੂ ਗ੍ਰੰਥ ਸਾਹਿਬ ਚ ਕਹਿ ਦੇ, ਕਦੇ ਖਿਆਲ ਆਇਆ, ਕਦੇ ਖਿਆਲ ਆਇਆ? ਬਾਬਾ ਫਰੀਦ ਜਾਤ ਦੇ ਮੁਸਲਮਾਨ ਮਾਫ ਕਰਨਾ, ਭਗਤ ਕਬੀਰ ਜੀ ਜਾਤ ਦੇ ਜੁਲਾਹੇ ਮੁਸਲਮਾਨ, ਭਾਈ ਮਰਦਾਨਾ ਜਾਤ ਦਾ ਮਰਾਸ਼ੀ ਮੁਸਲਮਾਨ, ਮਾਫ ਕਰਨਾ ਭਾਈ ਸੱਤਾ ਬਲਵੰਡਾ ਜਾਤ ਦੇ ਮਰਾਸ਼ੀ ਮੁਸਲਮਾਨ, ਭਗਤ ਭੀਕਨ ਜਾਤ ਦਾ ਮਰਾਸ਼ੀ ਮੁਸਲਮਾਨ, ਭਗਤ ਸਤਨਾ ਜੀ ਜਾਤ ਦੇ ਮਰਾਸ਼ੀ ਮੁਸਲਮਾਨ, ਮਾਫ ਕਰਨਾ ਭਗਤ ਸਤਨਾ ਜੀ ਮੁਸਲਮਾਨ, ਸੱਤ ਮੁਸਲਮਾਨ ਫਕੀਰਾਂ ਦੀ ਬਾਣੀ ਦਰਜ। ਦਾਸ ਅਰਜ ਕਰ ਰਿਹਾ ਸੀ, ਕਹਿੰਦੇ ਨੇ ਫਰੀਦ ਜੀ ਦੇ ਨੇਤਰ ਖੁੱਲੇ ਤੇ ਮਰੀਦਾਂ ਵੱਲ ਵੇਖ ਕੇ ਕਹਿੰਦੇ, ਕੀ ਗੱਲ ਭਾਈ, ਤੁਸੀਂ ਭਜਨ ਨਹੀਂ ਕਰਦੇ, ਖੁਦਾਵੰਦ ਦੀ ਭਗਤੀ ਨਹੀਂ ਕਰਦੇ, ਸਿਮਰਨ ਨਹੀਂ ਕਰਦੇ? ਇਹਨਾਂ ਆਖਿਆ, ਮਹਾਰਾਜ ਸਿਮਰਨ ਕੀ ਕਰਨਾ, ਆਹ ਜਾਨਵਰ ਬੜਾ ਰੌਲਾ ਪਾ ਰਹੇ ਨੇ। ਆਹ ਬੱਲੇ ਬੱਲੇ ਬੱਲੇ, ਆਹ ਅਵਸਥਾ ਸੀ, ਤੁਹਾਡਾ ਕੀ ਖਿਆਲ? ਕਦੇ ਸਮਾਂ ਬਣਿਆ ਤੇ ਵਿਚਾਰ ਕਰਾਂਗੇ, ਕਦੇ ਸਮਾਂ ਬਣਿਆ ਵਿਚਾਰ ਕਰਾਂਗੇ। ਬੱਲੇ ਬੱਲੇ ਬੱਲੇ, ਦਸਵੇਂ ਪਾਤਸ਼ਾਹ ਤੇ ਛੇਵੇਂ ਪਾਤਸ਼ਾਹ ਨੇ ਜੰਗ ਲੜੇ ਨੇ, ਮਾਫ ਕਰਨਾ ਪਰ ਸਾਰੇ ਕਹਿੰਦੇ ਜੰਗ ਲੜੇ ਨੇ, ਕਹਿ ਦਿਓ ਵਾਹਿਗੁਰੂ, ਕਹਿ ਦਿਓ ਵਾਹਿਗੁਰੂ, ਪਰ ਜੰਗ ਚ ਉਹਨੂੰ ਮਾਰਿਆ ਜਿਹਦਾ ਭਲਾ ਕਰਨਾ ਸੀ, ਕਹਿ ਦਿਓ ਵਾਹਿਗੁਰੂ, ਕਹਿ ਦਿਓ ਵਾਹਿਗੁਰੂ। ਵਜੀਦੇ ਖਾਨ ਨੂੰ ਮਾਰ ਸਕਦੇ ਸਨ, ਕਹਿ ਦਿਓ ਵਾਹਿਗੁਰੂ, ਔਰੰਗਜ਼ੇਬ ਨੂੰ ਮਾਰ ਸਕਦੇ ਸਨ, ਕਹਿ ਦਿਓ ਵਾਹਿਗੁਰੂ, ਨਹੀਂ ਮਾਰਿਆ, ਕਿਉਂਕਿ ਜਿਹੜਾ ਗੁਰੂ ਸਾਹਿਬ ਦੇ ਹੱਥੋਂ ਜਾਨਵਰ ਜਾਂ ਪੰਛੀ ਮਰਦਾ ਸੀ, ਮੁੜ ਕੇ ਕਿਸੇ ਜੂਨੀ ਚ ਨਹੀਂ ਸੀ ਜਾਂਦਾ। ਖਾਲਸਾ ਜੀ, ਦੋਹਾਂ ਸ੍ਰੀਆਂ ਕਾ ਆਪ ਸੁਵਾਮੀ, ਖੇਲ ਹੈ ਫਿਕਸੈ ਅੰਤਰ ਜਾਮੀ, ਮਾਫ ਕਰਨਾ ਜੋ ਤੁਸ ਭਾਵੈ ਸਵਕਾਰ ਕਰਾਵੈ, ਜਨ ਨਾਨਕ ਦ੍ਰਿਸ਼ਟੀ ਔਰ ਨਾ ਆਵੈ। ਮਾਫ ਕਰਨਾ ਗੁਰੂ ਕੀ ਸੰਗਤ, ਇੱਥੇ ਗੱਲ ਜਾਤਾਂ ਦੀ ਨਹੀਂ। ਰਾਤੀ ਦਾਸ ਨੇ ਇੱਕ ਕੀਰਤਨ ਚ ਬੇਨਤੀ ਕੀਤੀ ਸੀ, ਗੁਰੂ ਗੋਬਿੰਦ ਸਿੰਘ ਨੇ ਚਾਰ ਪੁੱਤਰ ਸਾਰਾ ਸਰਬੰਸ ਵਾਰਿਆ ਹਿੰਦੁਸਤਾਨ ਤੋਂ, ਉਹ ਸਾਈ ਬੁੱਧੂ ਸ਼ਾਹ ਦਾ ਕਲਗੀ ਧਰਨਾ ਕਿੰਨਾ ਕੁ ਪਿਆਰ ਹੋਵੇਗਾ ਉਸ ਮੁਸਲਮਾਨ ਦਾ, ਜਿਸਨੇ ਪੰਜ ਪੁੱਤਰ ਤੇ 700 ਮਰੀਦ ਕਲਗੀ ਧਰ ਪਾਤਸ਼ਾਹ ਤੋਂ ਮਾਫ ਕਰਨਾ ਪੌਂਟੇ ਪੰਘਾਣੀ ਦੇ ਜੰਗ ਸਮੇਂ ਕੁਰਬਾਨ ਕਰ ਦਿੱਤੇ। ਖਾਲਸਾ ਜੀ, ਕਹਿ ਦਿਓ ਵਾਹਿਗੁਰੂ, ਮਾਫ ਕਰਨਾ ਇੱਥੇ ਗੱਲ ਜਾਤਾਂ ਦੀ ਨਹੀਂ ਹੈ, ਇੱਥੇ ਤਾਂ ਤੇਰਾ ਉਹ ਮਸੀਤ ਉਹੀ, ਮਾਫ ਕਰਨਾ ਪੂਜਾ ਉਹ ਨਮਾਜ਼ ਉਹੀ, ਦੂਸਰਾ ਨਾ ਅਵਰ ਕੋਈ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਵੋ, ਕਿਆ ਬਾਤ ਹੈ। ਮਾਫ ਕਰਨਾ ਬੜੇ ਬੜੇ ਕਮਾਈਆਂ ਵਾਲੇ ਸਿੱਖ ਸਨ, ਬੜੇ ਬੜੇ ਕਮਾਈਆਂ ਵਾਲੇ ਸਿੱਖ ਸਨ, ਜਦੋਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਜਾਣੀ ਸੀ, ਬਾਬਾ ਬੁੱਢਾ ਜੀ ਵਰਗੇ ਬ੍ਰਹਮ ਗਿਆਨੀ ਇੱਕ ਵਾਰੀ ਕਿਰਪਾ ਕਰੋਗੇ, ਕਹੋ ਵਾਹਿਗੁਰੂ। ਭਾਈ ਪ੍ਰਾਣਾ ਜੀ ਵਰਗੇ ਬ੍ਰਹਮ ਗਿਆਨੀ, ਮਾਫ ਕਰਨ ਭਾਈ ਜੇਠਾ ਜੀ ਵਰਗੇ ਬ੍ਰਹਮ ਗਿਆਨੀ, ਪਰ ਉਸ ਮੀਆਂ ਮੀਰ ਦਾ ਜੀਵਨ ਕਿੰਨਾ ਉੱਚਾ ਹੋਵੇਗਾ। ਦੋ ਸੁਖਮਨੀ ਸਾਹਿਬ ਦੇ ਪਾਠ ਸਾਈ ਮੀਆਂ ਮੀਰ ਜੀ ਲੋਚ ਦੇ ਕਰਿਆ ਕਰ, ਕਹਿ ਦਿਓ ਵਾਹਿਗੁਰੂ। ਮਾਫ ਕਰਨਾ ਗੁਰੂ ਕੀ ਸੰਗਤ, ਦੋ ਪਾਠ ਸੁਖਮਨੀ ਸਾਹਿਬ ਦੇ ਰੋਜ ਦੇ ਕਰਿਆ ਕਰਦੇ ਸਨ, ਗੁਰੂ ਅਰਜਨ ਦੇ ਮਰਦੇ ਅਨੜ ਸ਼ਰਧਾਲੂ ਸਾਈ ਮੀਆਂ ਮੀਰ, ਜਿਹਨਾਂ ਦੇ ਹੱਥੋਂ ਹਰਿਮੰਦਰ ਸਾਹਿਬ ਦੀ ਨੀਂਹ ਦੀ ਪਹਿਲੀ ਇੱਟ ਰਖਵਾਈ। ਮਾਫ ਕਰਨਾ, ਖੈਰ ਰਹੋ ਵਿਚਾਰ, ਕਦੇ ਸਮਾਂ ਬਣਿਆ ਵਿਚਾਰ ਕਰਾਂਗੇ।
ਗੁਰੂ ਕੀ ਸੰਗਤ ਫਰੀ ਜੀ ਦੇ ਮਰੀਦਾਂ ਨੇ ਜਦ ਕਿਹਾ ਬਾਬਾ ਜੀ ਅਸੀਂ ਤੇ ਇਸ ਕਰਕੇ ਬੈਠੇ ਹਾਂ ਚੰਨ ਪਰ ਰੌਲਾ, ਕਹਿੰਦਾ ਰੌਲਾ ਬਲਹਾਰੀ ਤਿੰਨ ਪੰਛੀ ਆਏ ਹਾਏ ਹਾਏ, ਕਦੇ ਬਾਣੀ ਤੇ ਪੜ, ਕਦੇ ਬਾਣੀ ਪੜ, ਬਲਹਾਰੀ ਬਲਹਾਰੀ ਬਲਿਹਾਰੀ ਤਿੰਨ ਪੰਛੀ ਆ, ਬਲਿਹਾਰੀ ਤਿੰਨ ਪੰਛੀ ਆ, ਕਦੇ ਮੈਂ ਕੁਰਬਾਨ ਜਾਂਦਾ ਇਹਨਾਂ ਪੰਛੀਆਂ ਤੋਂ, ਮੈਂ ਕੁਰਬਾਨ ਜਾਂਦਾ, ਮੈਂ ਕੁਰਬਾਨ ਜਾਂਦਾ ਇਹਨਾਂ ਪੰਛੀਆਂ ਤੋਂ, ਬਲਿਹਾਰੀ ਤਿੰਨ ਪੰਛੀਆਂ, ਬਲਿਹਾਰੀ ਤਿੰਨ ਪੰਛੀਆਂ, ਜੰਗਲ ਜਿੰਨਾ ਵਾਸ ਵਸਦੇ ਨੇ ਜੰਗਲਾਂ ਵਿੱਚ, ਕਹਿੰਦੇ ਨੇ ਕੱਕਰ ਚੁਗਣ ਚੋਗਾ ਚੁਗਦੇ ਨੇ ਜੰਗਲਾਂ ਦਾ, ਮਾਫ ਕਰਨਾ ਵਸਦੇ ਜੰਗਲਾਂ ਵਿੱਚ ਕੱਕਰ ਚੁਗਣ ਥਲ ਵਸਣ ਵਸਦੇ ਧਰਤੀ ਤੇ, ਪਰ ਰੱਬ ਨਾ ਛੋਡਣ ਪਾਸ, ਆਪਣੇ ਮਾਲਕ ਦਾ ਨਾਂ ਨੀ ਛੱਡਦੇ, ਇਹ ਤੁਹਾਡਾ ਕੀ ਖਿਆਲ ਹੈ ਰੌਲਾ ਪਾਉਂਦੇ ਨੇ ਪੈ, ਬੱਲੇ 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 ਇਹ ਰੌਲਾ ਪਾਉਂਦੇ ਨੇ ਪੈ, ਇਹਦੇ ਆਪਣੇ ਮਾਲਕ ਦਾ ਨਾਮ ਜਪਦੇ ਨੇ ਪੈ, ਕਰੀਦਾ ਬਲਿਹਾਰੀ ਮਹਾਂਪੁਰਖ ਪੜਿਆ ਕਰਦੇ ਸਨ, ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ ਪੰਖੇਰ, ਮਾਫ ਕਰਨਾ ਗੁਰੂ ਕੀ ਸੰਗਤ, ਮਾਫ ਕਰਨਾ ਬਲਿਹਾਰੀ ਤਿਰਪੰਛੀਆਂ, ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ, ਮਾਫ ਕਰਨਾ ਕਹਿੰਦੇ ਨੇ ਸਿਮਰਨ ਕਰ ਰਹੇ ਤੇ ਕਰ ਰਹੇ ਨੇ, ਬਰਮ ਪੇਖਿਆ ਬਰਮ ਸੁਣੀਆਂ, ਜੋ ਆਵਾਜ਼ਾਂ ਨਿਕਲਦੀਆਂ ਨੇ ਬੱਲੇ ਬੱਲੇ, ਜੋ ਆਵਾਜ਼ਾਂ ਹੋ ਰਹੀਆਂ ਨੇ ਰੱਬ ਦੇ ਪਿਆਰੇ ਬੱਲੇ ਬੱਲੇ ਬੱਲੇ, ਖਾਲਸਾ ਜੀ ਸਮਝਦੇ ਨੇ ਕਿ ਸਿਮਰ ਨਹੀਂ ਹੋ ਰਿਹਾ, ਕਹਿੰਦੇ ਜਾਪ ਹੀ ਹੋ ਰਿਹਾ, ਮਾਫ ਕਰਨਾ ਗੁਰੂ ਕੀ ਸੰਗਤ, ਉਹ ਸਮਝਦੇ ਨੇ ਜਾਪ ਹੀ ਹੋ ਰਿਹਾ, ਮਾਫ ਕਰਨਾ ਬਰਮ ਪੇਖਿਆ ਬਰਮ ਸੁਣੀਏ, ਬਰਮ ਪੇਖਿਆ ਵੇਖਦੇ ਵੀ ਨੇ, ਜੋ ਜੋ ਦੀਸੈ ਸੋ ਤੇਰਾ ਰੂਪ, ਮਾਫ ਕਰਨਾ ਬਰਮ ਪੇਖਿਆ ਬਰਮ ਸੁਣੀਏ, ਬਰਮ ਨਦਰੀ ਬਰਮ ਨਦਰੀ ਆਇਆ, ਕਹਿੰਦੇ ਨੇ ਸਤਿਗੁਰ ਗੁਰ ਕਲਗੀ ਧਰ ਦੇ ਤੀਰ ਨਾਲ, ਹਰ ਤੀਰ ਨਾਲ ਸਵਾ ਸੋਨਾ ਸਵਾ ਤੋੜਾ ਸੋਨਾ ਲੱਗਿਆ ਹੁੰਦਾ ਸੀ, ਕਮਾਲ ਦੀ ਗੱਲ ਹੈ, ਬੜੀ ਕਮਾਲ ਦੀ ਜੰਗ ਹੈ, ਕਦੇ ਸਮਾਂ ਬਣਿਆ ਵਿਚਾਰ ਕਰਾਂਗੇ। ਇੱਕ ਸਮੇਂ ਖਾਲਸੇ ਨੇ ਬੇਨਤੀ ਕੀਤੀ, ਬਾਜਾਂ ਵਾਲਿਆ ਇਹਨਾਂ ਤੀਰਾਂ ਨਾਲ ਮਾਰਨੇ ਦੁਸ਼ਮਣ ਉੱਥੇ ਨੇ, ਬੜੀ ਕਮਾਲ ਦੀ ਗੱਲ ਹੈ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਮਾਫ ਕਰਨ ਆਖਿਆ ਸਿੱਖਾਂ ਪਾਤਸ਼ਾਹ ਮਾਰਨੇ ਦੁਸ਼ਮਣ ਹੁੰਦੇ ਨੇ, ਸਵਾ ਤੋਲੇ ਸੋਨੇ ਦਾ ਮਤਲਬ ਕੀ ਹੈ, ਗੁਰਦਿਲ ਲੱਗੇ ਕਹਿੰਦ ਸਿੰਘ ਸਾਡਾ ਤੇ ਕੋਈ ਦੁਸ਼ਮਣ ਹੀ ਨਹੀਂ ਹੈਗਾ, ਕਿਆ ਬਾਤ ਹੈ, ਸਾਡਾ ਤੇ ਕੋਈ ਦੁਸ਼ਮਣ ਹੀ ਨਹੀਂ ਹੈਗਾ, ਮਾਫ ਕਰਨਾ ਕਦੇ ਜਫਰ ਨਾਮਾ, ਮਾਫ ਕਰਨਾ ਜਿਹੜਾ ਔਰੰਗਜ਼ੇਬ ਨੂੰ ਲਿਖਿਆ ਸੀ ਨਾ ਕਿਸੇ ਸਮੇਂ, ਉਹਦੀਆਂ ਸਤਰਾਂ ਨੂੰ ਕਿਤੇ ਪੜ੍ਹੀਏ ਤੇ ਬੰਦਾ ਦੰਗ ਰਹਿ ਜਾਂਦਾ, ਖਾਲਸਾ ਜੀ ਕਿਹਾ ਸੀ, ਲਿਖਿਆ ਸੀ ਸ਼ੁਰੂ ਚ ਹੀ, ਕਿਹਾ ਸੀ ਔਰੰਗਜ਼ੇਬ ਦੀਨਾ ਕਾਂਗੜ ਤੋਂ ਲਿਖਿਆ ਸੀ, ਉਸ ਜਫਰਨਾਮੇ ਚ ਲਿਖਿਆ ਸੀ ਔਰੰਗਜ਼ੇਬ ਮੈਂ ਨੀ ਸੀ ਚਾਹੁੰਦਾ ਮੈਂ ਤਲਵਾਰ ਚੱਕਾਂ, ਕਹਿੰਦੇ ਮੈਂ ਨੀ ਸੀ ਚਾਹੁੰਦਾ ਮੈਂ ਤਲਵਾਰ ਚੱਕਾਂ, ਜਿੱਤ ਕਰਦਾ ਸੀ ਔਰੰਗਜ਼ੇਬ, ਮੈਂ ਤੈਨੂੰ ਪਿਆਰ ਦੇ ਜ਼ਰੀਏ ਸਮਝਾ ਲੈਂਦਾ, ਪਰ ਔਰੰਗਜ਼ੇਬ ਪਿਆਰ ਦਾ ਅਸਰ ਨਾ ਫੁੱਲ ਦਿਲ ਹਿਰਦੇ ਤੇ ਹੁੰਦਾ, ਪੱਥਰ ਦਿਲ ਹਿਰਦੇ ਤੇ ਪਿਆਰ ਦਾ ਕੋਈ ਵੀ ਅਸਰ ਨਹੀਂ ਹੋਇਆ ਕਰਦਾ, ਔਰੰਗਜ਼ੇਬ ਤੇਰੇ ਪੱਥਰ ਦੇ ਹਿਰਦੇ ਨੇ ਮੈਨੂੰ ਤਲਵਾਰ ਚੱਕਣ ਲਈ ਮਜਬੂਰ ਕੀਤਾ, ਮੈਨੂੰ ਪਤਾ ਸੀ, ਮੈਨੂੰ ਪਤਾ ਸੀ ਮਾਫ ਕਰਨਾ, ਮੈਨੂੰ ਪਤਾ ਸੀ ਕਿ ਤੂੰ ਬਿਨਾਂ ਤਲਵਾਰ ਤੂੰ ਬੰਦਾ ਨਹੀਂ ਬਣਨਾ, ਪਰ ਗੁਰੂ ਸਾਹਿਬ ਲੱਗੇ ਕਹਿਣ ਕਦੇ ਮੌਕਾ ਬਣਿਆ ਫਿਰ ਵਿਚਾਰ ਕਰਾਂਗੇ। ਖਾਲਸਾ ਜੀ ਗੁਰੂ ਸਾਹਿਬ ਨੇ ਆਖਿਆ ਸੀ ਔਰੰਗਜ਼ੇਬ, ਔਰੰਗਜ਼ੇਬ ਮੈਂ ਸੁਣਿਆ, ਕਈ ਵਾਰੀ ਅਸੀਂ ਕਹਿ ਦਿੰਦੇ ਅਸੀਂ ਸਿੱਖ ਹਾਂ,
ਪਰ ਸਿੱਖਾਂ ਵਾਲੀ ਗੱਲ ਨਹੀਂ ਹੁੰਦੀ। ਕਹਿੰਦੇ ਹੋ ਵਾਹਿਗੁਰੂ ਮਾਫ਼ ਕਰਨਾ ਸਿੱਖਾਂ ਵਾਲੀ ਗੱਲ ਨਹੀਂ ਹੁੰਦੀ। ਇੱਥੇ ਰੰਗਜੇਬ ਨੂੰ ਗੁਰੂ ਸਾਹਿਬ ਨੇ ਬੜੀ ਕਮਾਲ ਦੀ ਗੱਲ ਕਹੀ, ਮਾਫ਼ ਕਰਨਾ ਪਾਤਸ਼ਾਹ ਕਹਿੰਦੇ ਨੇ ਰੰਗਜੇਬ ਮੈਂ ਸੁਣਿਆ ਕਿ ਤੂੰ ਕਸਮ ਖਾਧੀ ਹੈ ਕਿ ਭਾਰਤ ਦੀ ਧਰਤੀ ਤੇ ਵਸਣ ਵਾਲਾ ਇੱਕ ਦਿਨ ਹਰ ਹਿੰਦੂ ਜਾਂ ਕਿਸੇ ਧਰਮ ਦਾ ਬੰਦਾ ਉਹਨੂੰ ਮਾਫ਼ ਕਰਨਾ, ਮੈਂ ਮੁਸਲਮਾਨ ਬਣਾ ਦਿਆਂਗਾ, ਮੈਂ ਇਸਲਾਮ ਵਿੱਚ ਲਿਆਂਗਾ। ਗੁਰਦੇਵ ਨੇ ਲਿਖਿਆ ਸੀ ਰੰਗਜੇਬ ਮੁਸਲਮਾਨ ਤੇ ਤੂੰ ਆਪ ਨਹੀਂ ਬਣ ਸਕਿਆ, ਤੂੰ ਕਿਸੇ ਨੂੰ ਕੀ ਬਣਾਉਣਾ। ਜਿਹੜਾ ਆਪ ਸਿੱਖੀ ਦੇ ਰਾਹ ਤੇ ਨਹੀਂ ਚੱਲ ਸਕਿਆ, ਭਲਾ ਦੂਜੇ ਨੂੰ ਉਹਨੇ ਕੀ ਤੋਰਨਾ। ਪਾਤਸ਼ਾਹ ਲੱਗੇ ਕਰ ਰੰਗਜੇਬ ਮੈਂ ਸੁਣਿਆ ਕਿ ਮਾਫ਼ ਕਰਨਾ ਤੂੰ ਆਪਣੀ ਟੋਪੀ ਤੱਕ ਆਪ ਸੀਂਦਾ। ਕਹਿ ਦਿਓ ਵਾਹਿਗੁਰੂ ਆਪਣੀ ਟੋਪੀ ਤੱਕ ਆਪ ਸੀਂਦਾ, ਮਾਫ਼ ਕਰਨਾ ਮੈਂ ਸੁਣਿਆ ਆਪਣੀ ਟੋਪੀ ਵੀ ਕਿਸੇ ਦੂਜੇ ਦੇ ਪਾਸੋਂ ਨਹੀਂ ਸਲਾਉਂਦਾ। ਰੰਗਜੇਬ ਮੈਂ ਸੁਣਿਆ ਤੂੰ ਸ਼ਾਹੀ ਖਜ਼ਾਨੇ ਦੇ ਵਿੱਚੋਂ ਨਾ ਆਪਣੀ ਨਿੱਤ ਰੋਜ਼ ਦੀ ਵਰਤੋਂ ਵਾਸਤੇ ਕੋਈ ਪੈਸਾ ਨਹੀਂ ਵਰਤਦਾ, ਆਪਣੇ ਆਪ ਨੂੰ ਬੜਾ ਇਮਾਨਦਾਰ ਹੋਣ ਦੀ ਕੋਸ਼ਿਸ਼ ਕਰਦਾ, ਤੂੰ ਕੁਰਾਨ ਸ਼ਰੀਫ ਸ਼ਰ੍ਹਾਂ ਦੀਆਂ ਕਿਤਾਬਾਂ ਦੇਖ ਕੇ ਨਾ ਬਾਜ਼ਾਰ ਵਿੱਚ ਵੇਚ ਕੇ ਜਿਹੜੇ ਚਾਰ ਪੈਸੇ ਤੈਨੂੰ ਮਿਲਦੇ ਨੇ ਉਹਦੇ ਨਾਲ ਰੋਟੀ ਖਾਂਦਾ, ਐਨਾ ਕੁਝ ਹੋਣ ਦੇ ਬਾਵਜੂਦ ਵੀ ਤੂੰ ਮੁਸਲਮਾਨ ਨਹੀਂ ਹੈ, ਤੂੰ ਮੁਸਲਮਾਨ ਨਹੀਂ ਹੈ। ਰੰਗਜੇਬ ਮੈਂ ਆਪਣੇ ਧਰਮ ਦੇ ਮੁਤਾਬਕ ਨਹੀਂ ਤੈਨੂੰ ਪੁੱਛਣਾ ਚਾਹੁੰਦਾ, ਧਰਮ ਦਇਆ ਨੇਕੀ ਪਰਉਪਕਾਰ ਸਿਖਾਉਂਦਾ। ਕਿਹੜਾ ਧਰਮ ਹੈ ਜੋ ਧਰਮ ਜੁਰਮ ਸਿਖਾਉਂਦਾ? ਉਹ ਧਰਮ ਧਰਮ ਨਹੀਂ ਹੈ। ਕਹਿ ਦਿਓ ਵਾਹਿਗੁਰੂ ਉਹ ਧਰਮ ਅਧਰਮ ਬਣ ਜਾਂਦਾ। ਰੰਗਜੇਬ ਮੈਂ ਤੈਨੂੰ ਪੁੱਛਣਾ ਚਾਹੁੰਦਾ, ਮੈਂ ਸੁਣਿਆ ਕਿ ਤੂੰ ਆਪਣੇ ਆਪ ਨੂੰ ਕੱਟੜ ਮੁਸਲਮਾਨ ਸਮਝਦਾ ਤੇ ਆਪਣੇ ਆਪ ਨੂੰ ਕੁਰਾਨ ਸ਼ਰੀਫ ਤੇ ਹਜ਼ਰਤ ਮੁਹੰਮਦ ਦਾ ਉਪਾਸਕ ਸਮਝਦਾ। ਰੰਗਜੇਬ ਮੈਂ ਤੈਨੂੰ ਪੁੱਛਣਾ ਚਾਹੁੰਦਾ ਜਿਸ ਤੂੰ ਕੁਰਾਨ ਸ਼ਰੀਫ ਦਾ ਉਪਾਸਕ ਹੈ, ਤੇਰੀ ਕੁਰਾਨ ਸ਼ਰੀਫ ਦੇ ਕਿਹੜੇ ਪੰਨਿਆਂ ਤੇ ਲਿਖਿਆ ਮੇਰੇ 7 ਤੇ 9 ਸਾਲ ਦੇ ਮਾਸੂਮ ਬੱਚਿਆਂ ਨੂੰ ਸਰਹੰਦ ਦੀ ਖੂਨੀ ਦੀਵਾਰ ਵਿੱਚ ਚੜਵਾ ਕੇ ਮਾਰ ਦਿੱਤਾ ਜਾਏ? ਕਿੱਥੇ ਲਿਖਿਆ? ਕਿਉਂਕਿ ਤੂੰ ਮੁਸਲਮਾਨ ਨਹੀਂ। ਕਹਿੰਦੇ ਵਾਹਿਗੁਰੂ ਕਿਉਂਕਿ ਤੂੰ ਮੁਸਲਮਾਨ ਹੀ ਰੰਗਜੇਬ, ਮੁਸਲਮਾਨ ਦਾ ਮਨ ਮੋਮ ਵਰਗਾ ਹੁੰਦਾ, ਮੁਸਲਮਾਨ ਦੇ ਮਨ ਵਿੱਚ ਦਇਆ ਹੁੰਦੀ, ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ। ਰੰਗਜੇਬ ਤੂੰ ਮੁਸਲਮਾਨ ਨਹੀਂ, ਮੈਂ ਤੁਹਾਨੂੰ ਦੱਸਦਾ ਮੁਸਲਮਾਨ ਕੌਣ ਸਨ। ਸਾਈ ਬੁੱਧੂ ਸ਼ਾਹ ਵਰਗੇ ਮੁਸਲਮਾਨ ਸਨ, ਕੰਨੀ ਖਾਂ ਨਬੀ ਖਾਂ ਵਰਗੇ ਮੁਸਲਮਾਨ ਸਨ, ਮੀਆਂ ਮੀਰ ਵਰਗੇ ਮੁਸਲਮਾਨ ਸਨ, ਤੂੰ ਮੁਸਲਮਾਨ ਨਹੀਂ। ਮਾਫ਼ ਕਰਨਾ ਮੁਸਲਮਾਨਾਂ ਦੇ ਘਰੇ ਜਨਮ ਲੈ ਕੇ ਰੰਗਜੇਬ ਤੂੰ ਇਸਲਾਮ ਦੇ ਉੱਤੇ ਕਲੰਕ ਹੈ, ਕਲੰਕ। ਕਹਿ ਦਿਓ ਰੰਗਜੇਬ ਤੇਰੀ ਕੁਰਾਨ ਸ਼ਰੀਫ ਦੇ ਕਿਹੜੇ ਪੰਨਿਆਂ ਤੇ ਲਿਖਿਆ ਉਹ ਮੇਰੇ 40-40 ਮਾਫ਼ ਕਰਨਾ 6-6 ਮਹੀਨੇ ਦੀਆਂ ਭੁੱਖਾਂ ਦੇ ਮਾਰੇ 40-40 ਸਿੰਘ ਉਹਨਾਂ ਤੇ 10-10 ਲੱਖ ਦੀ ਗਿਣਤੀ ਦੀਆਂ ਤੁਰਕ ਫੌਜਾਂ ਦੀ ਚੜ੍ਹਾਈ ਕਰਨ ਤੇ ਕਿੱਥੇ ਲਿਖਿਆ? ਰੰਗਜੇਬ ਮੇਰਾ ਜਿੱਤ ਕਰਦਾ ਸੀ। ਕਹਿ ਦਿਓ ਬੜੇ ਕਮਾਲ ਦੇ ਬਚਨ ਨੇ। ਰੰਗਜੇਬ ਮੇਰਾ ਜਿੱਤ ਕਰਦਾ ਸੀ ਰੰਗਜੇਬ ਤੈਨੂੰ ਜੰਗ ਦੇ ਮੈਦਾਨ ਵਿੱਚ ਵੇਖਦੇ। ਰੰਗਜੇਬ ਤੂੰ ਜੰਗ ਦੇ ਮੈਦਾਨ ਵਿੱਚ ਆਇਆ ਹੀ ਕਿਉਂਕਿ ਤੂੰ ਬੜਾ ਕਾਇਰ ਦਿਲ ਸੈਂ, ਤੂੰ ਬੜਾ ਕਾਇਰ ਦਿਲ ਡਰਪੋਕ ਬੰਦਾ ਸੈਂ। ਰੰਗਜੇਬ ਜਿੱਤ ਕਰਦਾ ਸੀ ਤੈਨੂੰ ਜੰਗ ਦੇ ਮੈਦਾਨ ਵਿੱਚ ਵੇਖਦੇ, ਮਾਫ਼ ਕਰਨਾ ਤੂੰ ਆਪ ਜੰਗ ਦੇ ਮੈਦਾਨ ਵਿੱਚ ਆਇਆ ਹੀ ਨਹੀਂ, ਮਾਫ਼ ਕਰਨਾ। ਰੰਗਜੇਬ ਜੇਕਰ ਤੂੰ ਇੱਕ ਵਾਰੀ ਜੰਗ ਦੇ ਮੈਦਾਨ ਵਿੱਚ ਆ ਜਾਂਦਾ ਨਾ ਤੇ ਜੇ ਤੂੰ ਜਿਉਂਦਾ ਮੁੜ ਕੇ ਦਿੱਲੀ ਵਾਪਸ ਤੁਰ ਜਾਂਦਾ ਤੇ ਮੇਰਾ ਨਾਮ ਹੀ ਗੁਰੂ ਗੋਬਿੰਦ ਸਿੰਘ ਸੀ ਕਰ ਸਕਦੇ। ਪਾਤਸ਼ਾਹ ਨੇ ਕਿਹਾ ਰੰਗਜੇਬ ਚਿੱਤ ਕਰਦਾ ਸੀ ਜੰਗ ਦੇ ਮੈਦਾਨ ਵਿੱਚ ਵੇਖੀਏ, ਪਰ ਆਹ ਜਫ਼ਰਨਾਮਾ ਆਹ ਚਿੱਠੀ ਫਤਿਹ ਦੀ ਚਿੱਠੀ ਇਹ ਤੇਰੀ ਮੌਤ ਦਾ ਕਾਰਨ ਬਣੇਗੀ ਖਾਲਸਾ ਜੀ। ਕਦੇ ਸਮਾਂ ਬਣਿਆ ਫਿਰ ਵਿਚਾਰ ਕਰਾਂਗੇ। ਮਾਫ਼ ਕਰਨਾ ਖਾਲਸੇ ਤੇ ਬੇਨਤੀ ਕਰਨ ਤੇ ਬੜੀ ਕਮਾਲ ਦੀ ਜੰਗ ਹੈ ਮਹਾਰਾਜ, ਕਦੇ ਕਦੇ ਤੀਰ ਨਾਲ ਸੋਨਾ ਲੱਗਿਆ ਹੋਇਆ,
ਇਹਨਾਂ ਤੀਰਾਂ ਨਾਲ ਦੁਸ਼ਮਣ ਮਾਰਨੇ ਹੁੰਦੇ ਨੇ, ਭਲਾ ਇਹ ਸਵਾ ਤੋਲੇ ਸੋਨੇ ਦਾ ਮਤਲਬ ਕੀ? ਗੁਰੂ ਸਾਹਿਬ ਨੇ ਆਖਿਆ ਸੀ, ਸਿੱਖੋ ਸਾਡੀ ਲੜਾਈ ਜ਼ੁਲਮ ਨਾਲ ਹੈ, ਜ਼ੁਲਮ ਦੇ ਜ਼ੁਲਮ ਨਾਲ, ਕਿਸੇ ਬੰਦੇ ਨਾਲ ਨਹੀਂ, ਕਿਸੇ ਮਜ਼ਬ ਨਾਲ ਨਹੀਂ। ਆ ਸਵਾ ਤੋਲਾ ਸੋਨਾ ਇਸ ਕਰਕੇ ਲਾਇਆ ਜੇ ਸਾਡੇ ਤੀਰ ਨਾਲ ਕੋਈ ਮਰਜ਼ ਹੈ ਉਹਦੀ ਅੰਤਮ ਕਿਰਿਆ ਹੋ ਸਕੇ, ਜੇ ਕੋਈ ਮਾਫ਼ ਕਰਨਾ ਉਹਦੇ ਕਫਨ ਵਗੈਰਾ ਦਾ ਪ੍ਰਬੰਧ ਹੋ ਸਕੇ, ਤੇ ਜੇ ਸਾਡੇ ਤੀਰ ਨਾਲ ਕੋਈ ਜ਼ਖਮੀ ਹੋ ਜਾਏ, ਇਹ ਸਵਾ ਤੋੜੇ ਸੋਨੇ ਦੇ ਨਾਲ ਆਪਣਾ ਇਲਾਜ ਦਵਾ ਦਾਰੂ ਕਰਕੇ ਇੱਕ ਚੰਗਾ ਇਨਸਾਨ ਬਣ ਸਕੇ, ਇੱਕ ਇਨਸਾਨਾਂ ਵਾਲੀ ਜ਼ਿੰਦਗੀ ਬਸਰ ਕਰ ਸਕੇ। ਪਰ ਤੱਕ ਨੂੰ ਪ੍ਰਮਾਣ ਦੀ ਲੋੜ ਨਹੀਂ ਹੋਇਆ ਕਰਦੀ, ਸਮਾਂ ਵੀ ਆਗਿਆ ਨਹੀਂ ਦਿੰਦਾ। ਮਾਫ਼ ਕਰਨਾ ਜਿਸ ਬੰਦੇ ਨਾਲ ਸਾਡਾ ਵੈਰ ਹੋਵੇ, ਉਸ ਬੰਦੇ ਦੀ ਔਲਾਦ ਨਾਲ ਸਾਡਾ ਕਦੀ ਪਿਆਰ, ਹਾਂਜੀ ਹਾਂਜੀ, ਨਹੀਂ ਨਾ ਹੋ ਸਕਦਾ। ਕਿਉਂ ਖਾਲਸਾ ਜੀ? ਨਹੀਂ ਨਾ ਹੋ ਸਕਦਾ। ਐਸਾ ਘਰ ਬੱਲੇ ਬੱਲੇ ਐਸਾ ਕਰਤਾ ਦੇ ਦੇਖਿਆ ਨਾ, ਸਭ ਤੇ ਵੱਡਾ ਸਤਿਗੁਰੂ ਨਾਨਕ। ਕਦਰ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਨਾ ਉਹਦੇ ਪੁੱਤਰਾਂ ਦੇ ਵਿੱਚ ਦਿੱਲੀ ਦੇ ਰਾਜ ਬਦਲੇ ਨਾ, ਗੁਰੂ ਕੀ ਸੰਗਤ ਬਾਦ ਪੈਦਾ ਹੋਇਆ। ਤਾਂ ਇੱਕ ਪਾਸੇ ਤਾਰਾ ਜਹਾਂ ਤੇ ਦੂਜੇ ਪਾਸੇ ਬਹਾਦਰ ਸ਼ਾਹ ਵਿੱਚ ਗੁਰੂ ਕੀ ਸੰਗਤ ਦਿੱਲੀ ਦੇ ਰਾਜ ਬਦਲੇ, ਵਾਦ ਵਿਵਾਦ ਝਗੜਾ ਪੈਦਾ ਹੋਇਆ। ਪਰ ਕਹਿੰਦੇ ਨੇ ਕਿ ਬਹਾਦਰ ਸ਼ਾਹ ਭਾਈ ਨੰਦ ਲਾਲ ਜੀ ਨੂੰ ਲੈ ਕੇ ਤੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਇਆ। ਉਸ ਦੁਸ਼ਮਣ ਦਾ ਪੁੱਤਰ ਕਹਿੰਦੇ ਹੋ ਵਾਹਿਗੁਰੂ, ਓਏ ਉਸ ਦੁਸ਼ਮਣ ਦਾ ਪੁੱਤਰ ਜਿਸ ਦੁਸ਼ਮਣ ਦੇ ਰਾਜ ਵਿੱਚ ਸਤਿਗੁਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਮਾਫ਼ ਕਰਨਾ ਸ਼ਹੀਦ ਕਰ ਦਿੱਤੇ ਗਏ ਹੁਣ, ਜਿਸ ਦੁਸ਼ਮਣ ਨੇ ਦੇ ਰਾਜ ਵਿੱਚ ਮਾਫ਼ ਕਰਨਾ ਗੁਰੂ ਕੀ ਸੰਗਤ ਹਜ਼ੂਰ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਿਆ, ਹੁਣ ਸਾਰਾ ਸਰਬੰਸ ਸ਼ਹੀਦ ਹੋ ਗਿਆ ਹੋਵੇ, ਮਾਫ਼ ਕਰਨਾ ਉਸ ਦੁਸ਼ਮਣ ਦਾ ਪੁੱਤਰ ਜੇ ਭਿਖਾਰੀ ਬਣ ਕੇ ਤਰਨਾ ਆਇਆ। ਅਵਗੁਣ ਕੋਈ ਨਾ ਚਿਤਾਰਦਾ ਪ੍ਰੇਮ ਸਹਿਤ ਗੌਲ ਲਾਭ, ਐਡਾ ਵੱਡਾ ਘਰ ਔਰ ਇੱਥੇ ਤੇ ਦੁਸ਼ਮਣ ਦੇ ਬੱਚਿਆਂ ਨੂੰ ਰਾਜ ਬਖਸ਼ਿਆ। ਖਾਲਸਾ ਜੀ ਕਹਿਦੇ ਪਏ ਉਹਦੇ ਬੇਨਤੀ ਕਰਨ ਤੇ, ਇਹ ਗੁਰੂ ਨਾਨਕ ਦਾ ਘਰ। ਤਦੇ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਭਾਗਾਂ ਵਾਲੇ ਵੱਧ ਤੋਂ ਵੱਧ ਸਮਾਂ ਗੁਰੂ ਘਰ ਚ ਲਾਓ, ਗੁਰੂ ਘਰ ਦੀ ਮਰਿਆਦਾ ਦਾ ਖਿਆਲ ਰੱਖੋ, ਇੱਥੇ ਗੁਰੂ ਘਰ ਬਣਾਓ। ਸਤਸੰਗ ਜੀ ਜਿੱਥੇ ਕੀਰਤਨ ਹੋਇਆ ਕਰਨ, ਸਤਸੰਗ ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਈਵ ਧਿਆਨਾ, ਏਕ ਨੇ ਕਹੀ ਦੂਜੇ ਨੇ ਮਾਨੀ, ਦੋਨੋ ਪੂਰਨ ਬ੍ਰਹਮ ਗਿਆਨੀ। ਏਕ ਬਾਤ ਤੁਮ ਸੇ ਕਹੂੰ ਚਾਹੇ ਮਾਣ ਨਾ ਮਾਣ, ਇਸ ਦੁਨੀਆਂ ਮੈਂ ਸਭ ਕੋ ਤੂੰ ਆਪਣੇ ਜੈਸਾ ਜਾਣ। ਜਦ ਰੋਜ਼ ਪੜ੍ਹਦੇ ਆ ਨਾ, ਸਭ ਮੈਂ ਜੋਤ ਜੋਤ ਹੈ ਸੋਏ, ਜਦ ਵਹਿਰੂ ਦੀ ਜੋਤ ਸਾਰਿਆਂ 'ਚ ਹੀ ਹੈ, ਝਗੜੇ ਤੇ ਇੱਥੇ ਹੀ ਖਤਮ ਹੋ ਜਾਂਦੇ ਨੇ। ਕਹਿ ਦਿਓ ਵਹਿਰੂ ਫਿਰ ਕਦੀ ਸਮਾਂ ਬਣਿਆ ਤੇ ਆਪ ਜੀ ਦੇ ਦਰਸ਼ਨ ਕਰਾਂਗੇ। ਰਾਜਿਆਂ ਨੂੰ ਰਾਜ ਬਖਸ਼ੇ ਬਖਸ਼ੇ ਗੁਰੂ ਘਰ 'ਚ, ਰਾਜਿਆਂ ਨੂੰ ਰਾਜ ਬਖਸ਼ੇ, 52 ਰਾਜਿਆਂ ਨੂੰ ਬਰੀ ਕਰਵਾਇਆ। ਕਹਿ ਦਿਓ ਵਹਿਰੂ 52 ਰਾਜਿਆਂ ਨੂੰ ਛੇਵੇਂ ਪਾਤਸ਼ਾਹ ਨੇ ਬਰੀ ਕਰਵਾਇਆ, ਮਾਫ਼ ਕਰਨਾ। ਤਦੇ ਕਹਿੰਦਾ ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ, ਭਾਗਾਂ ਵਾਲੇ ਇਹਨੇ ਸ਼ਬਦ ਪ੍ਰਵਾਨ, ਹੋਈਆਂ ਭੁੱਲਾਂ ਦੀ ਮਾਫ਼ੀ, ਕਦੇ ਸਮਾਂ ਬਣਿਆ ਆਜ ਦੇ ਦਰਸ਼ਨ ਕਰਾਂਗੇ। ਵੱਧ ਤੋਂ ਵੱਧ ਸਮਾਂ ਗੁਰੂ ਚਰਨਾਂ 'ਚ ਲਾਇਆ ਕਰੋ। ਹੁਣ ਅਨੰਦ ਸਥਾ ਪਾਠ ਉਦੋਂ ਬਾਅਦ ਕਰਦਾ। ਰਾਮ ਕਲੀ ਮਹੱਲਾ ਤੀਜਾ, ਨੰਦ ਕੁੰਕਾਰ ਪ੍ਰਸਾਦ, ਅਨੰਦ ਪਿਆ ਮੇਰੀ ਮਾਈ, ਪਾਈ ਗੁਰਤਾ
ਰਾਧ ਸੰਤੁਰ ਤੂੰ ਵਾਰ ਪਰੀਆਂ ਸਤੁਤ ਕਾਮਨ ਆਈਆਂ ਸਤੁਤ ਸੰਗਾ ਬੋ ਕਹੋ ਨਾਮ ਤੂੰ ਆਨੰਦ ਹੋਆ ਸਤਗੁਰ ਮੈਂ ਪਾਈਆਂ ਮਨ ਮੇਰੇ ਤੂੰ ਤਪ ਤਰਨ ਮਾਫ਼ੀ ਬੜੀ ਕਿਰਪਾ ਸੰਗਤ ਅਤੇ ਸਤ ਸੰਗਤ ਜੀ ਮਾਫ਼ ਕਰਨਾ ਭਾਗਾਂ ਵਾਲਿਓ ਅਤੇ ਗੁਰੂ ਸਾਹਿਬ ਦਾ ਜੀਵਨ ਪੜ੍ਹ ਕੇ ਵੇਖੀਏ ਨਾ ਖਾਲਸਾ ਜੀ ਚਮਕੌਰ ਦੀ ਗੜੀ ਤੱਕ ਜਾਂਦਿਆਂ ਤੱਕ ਸਿਰਫ 40 ਰਹਿ ਗਏ ਸਨ ਸਿਰਫ 40 ਕਿਉਂਕਿ ਸੱਚ 'ਤੇ ਚੱਲਣ ਵਾਲਿਆਂ ਦੀ ਗਿਣਤੀ ਬਹੁਤ ਥੋੜ੍ਹੀ ਹੁੰਦੀ ਖਾਲਸਾ ਜੀ ਕਈ ਮੇਰੇ ਵਰਗੇ ਬਿੱਧਾ ਵੀ ਲੇਖੇ ਦੇ ਗਏ ਕਈ ਫਿਰ ਵਾਪਸ ਮੁੜੇ ਬੜੀ ਕਿਰਪਾ ਸੰਗਤ ਅਤੇ ਗੁਰੂ ਪਿਆਰਿਓ ਬੜੀ ਕਿਰਪਾ ਇੱਥੇ ਦੀ ਸੰਗਤ 'ਤੇ ਜਿੰਨੇ ਵੀ ਤੁਸੀਂ ਸਾਲ ਦੇ ਸਾਲ ਪ੍ਰੋਗਰਾਮ ਰੱਖਦੇ ਹੋ ਮਾਰੇ ਕਿਰਪਾ ਕਰੇ ਚੜ੍ਹਦੀ ਕਲਾ ਰਹੇ ਆਪਾਂ ਤਾਂ ਗੁਰੂ ਦੀ ਚਾਲੀ 'ਤੇ ਚੱਲਣਾ ਖਾਲਸਾ ਜੀ ਜੋ ਗੁਰੂ ਸਾਹਿਬ ਕਹਿੰਦੇ ਨੇ ਉਹਦੇ ਮੁਤਾਬਕ ਚੱਲਣਾ ਹਮ ਅੰਧਲੇ ਅੰਧ ਵਿਖੇ ਰਾਤੇ ਕਿਉਂ ਚੱਲ ਰਿਹਾ ਗੁਰ
ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਣ ਪਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਨ ਆਪਾਂ ਤਾਂ ਗੁਰੂ ਦੀ ਗੱਲ ਮੰਨਣੀ ਆਪਾਂ ਬੰਦੇ ਦੀ ਗੱਲ ਥੋੜੀ ਮੰਨਣੀ ਖਾਲਸਾ ਜੀ ਆਪਾਂ ਗੁਰੂ ਦੇ ਕਹੇ ਦੇ ਚੱਲਣ ਜੋ ਗੁਰ ਕਿਹਾ ਸਾ ਘਰ ਕਮਾਵੋ ਗੁਰ ਕੀ ਕਰਨੀ ਕਾਹੇ ਕੋ ਧਾਵੋ ਖੈਰ ਇੰਨੇ ਸ਼ਬਦ ਪ੍ਰਵਾਨ ਪੁੰਨ ਪੁੱਤਾਂ ਦੀ ਮਾਫ਼ੀ ਸਾ ਸੁਣ ਕਰਤਾ ਸਵੇ ਕੀ ਤੂੰ ਠਾ